मेक श्योर वाच योर लैंग्वेज ऑलरेडी थोड़े तो कंसेंट ले चुके हैं जे ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਤੁਸੀਂ ਆਪਣਾ ਫੋਨ ਬੰਦ ਕਰ ਸਕਦੇ ਹੋ ਮੈਨੂੰ ਤਾਂ ਪਤਾ ਸਿਸਟਰ ਸਾਹਿਬ ਤੁਸੀਂ ਗੱਲ ਕਰੋ ਆਪਣੇ ਤੁਸੀਂ ਲਾਈਨ ਤੇ ਲੈ ਕੇ ਜਸਟ ਓਪਨ ਪਲੀਜ਼ ਜੀ ਬਿਲਕੁਲ ਜੀ ਬਕਾਇਦਾ ਹੈ ਬੱਚੇ ਤੁਸੀਂ ਮੇਕ ਸ਼ੋਰ ਯੂ ਗਿਵ ਆਨਸਰ ਨਾਓ ਹਾਂਜੀ ਮੈਂ ਆਨਸਰ ਕਰ ਰਿਹਾ ਜੀ ਮੈਨੂੰ ਬੱਚੀ ਨੂੰ ਪੁੱਛਿਆ ਗਿਆ ਜੀ ਬਕਾਇਦਾ ਕਿ ਤੁਹਾਡੇ ਫਾਦਰ ਸਾਹਿਬ ਵੀ ਲਾਈਨ ਤੇ ਨੇ ਉਹ ਕਿ ਤੁਸੀਂ ਕੰਸੈਂਟ ਨਹੀਂ ਲਈਦਾ ਉਹ ਕੁਝ ਉਹ ਤਾਂ ਵਿਆਹ ਕਰਾ ਕੇ ਮੁੱਕਰੀ ਜਾਂਦੇ ਨੇ ਜੀ ਇਹੋ ਜਿਹਾ ਤੇ ਨਹੀਂ ਨਹੀਂ ਸਭ ਕੁਝ ਕਰੀ ਜਾਂਦੇ ਆ ਉਹ ਮੁੱਕਣ ਦੀ ਗੱਲ ਨਹੀਂ ਮੇਰੇ ਕੰਨ ਭਾਵੇ ਕਿ ਉਹਨੂੰ ਸਾਫ ਸਪਸ਼ਟ ਹੋਣ ਦੇ ਸਾਫ ਸਪਸ਼ਟ ਮੈਂ ਦੋ ਵਾਰੀ ਪਹਿਲਾਂ ਦੱਸ ਚੁੱਕਿਆ ਮੈਂ ਤੀਜੀ ਵਾਰੀ ਵੀ ਕਹਿ ਦਿੰਦਾ ਜੀ ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਤੁਸੀਂ ਜਸਪ੍ਰੀਤ ਬੋਲਦੇ ਉਹਨਾਂ ਨੇ ਕਨਫਰਮ ਕੀਤਾ ਉਹਨਾਂ ਦੇ ਫਾਦਰ ਸਾਹਿਬ ਪਤੀ ਦਾ ਨਾਮ ਕਨਫਰਮ ਕੀਤਾ पूरे नाम की आसफ जी आप जी का आशिफ खान है सर आशिफ खान हाँ जी सर एजुकेशन की आप जी दी सर बैचलर कॉमर्स है हाँ जी बी कॉम बैचलर कॉमर्स शादीशुदा हो हाँ जी सर थोड़ी शादी हुई है या बर्बादी हुई है बर्बादी हुई है सर ओ बर्बादी होगी शादी के बाद हां जी शादी लव मैरिज सी या फिर अरेंज मैरिज सी सर साड़ी लव मैरिज सी पर अरेंज हो गई थी साड़ी कास्ट सेम सी दोनों दी थोड़ी की सी कास्ट सेम सी सर दोनों दी थोड़ी वाइफ जो बनी सी ओदी एज सेम है ओदी सर ओ मेरे तो 1 साल छोटी है जी ओ 25 साल दी है ओदा नाम की है ओदा नाम जसप्रीत कौर है जसप्रीत कौर हां जी सर ये भी मुसलमान कम्युनिटी के नाल संबंधित है हां जी सेम कास्ट है सर साडी इन्हां ने बचपन भी मोहाली दा है मेरा बचपन मोहाली दा हां जी उन्हां दा सर उधर दा ही अपना फतेहगढ़ साहिब जिला जी उन्हां दा मेरी वाइफ दा जीरा साइड फतेहगढ़ साहिब है उन्हां दा डिस्ट्रिक्ट ਤੁਸੀਂ ਕਿਵੇਂ ਮਿਲੇ ਇੰਨੀ ਦੂਰ ਸਰ ਇਕੱਠੇ ਪੜ੍ਹਦੇ ਸੀਗੇ ਜੀ ਕਿੱਥੇ ਮੋਹਾਲੀ ਹਾਂਜੀ ਸਰ ਲੋਕਲੀ ਇੱਥੇ ਕਾਲਜ ਹੈ ਸਾਡੇ ਆਪਣਾ ਚੰਡੀਗੜ੍ਹ ਯੂਨੀਵਰਸਿਟੀ ਕੋਲ ਘੜੂਏ ਕੋਲ ਸਰ ਓਕੇ ਮੋਹਾਲੀ ਡਿਸਟ੍ਰਿਕਟ ਤੇ ਹੁੰਦੇ ਹਾਂਜੀ ਤੁਹਾਡੀ ਸ਼ਾਦੀ ਤੁਹਾਨੂੰ ਇਹ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ ਪਰ ਅਸੀਂ ਪਰਮਿਸ਼ਨ ਲੈਣੀ ਚਾਹਾਂਗੇ ਤੁਹਾਡੇ ਤੋਂ ਪ੍ਰੋਸੀਡ ਕਰਨ ਲਈ ਆਪਣੀ ਟੈਕਨੋਲੋਜੀ ਤੇ ਤੁਸੀਂ ਅੱਗੇ ਦੇ ਰਹੇ ਹੋ ਇਸ ਨੂੰ ਪ੍ਰੋਸੀਡ ਕਰੀ ਸਟੋਰੀ ਨੂੰ ਹਾਂਜੀ ਸਰ ਅੱਗੇ ਦੇ ਰਹੇ ਹਾਂ ਤੁਹਾਨੂੰ ਜੀ इस वे साड़ी लाइन च इस वे आशिफ खान ने जिन्होंने शादी कराई अपनी ही कास्ट के विच और इकट्ठे पढ़ते सी शादी नहीं इन्होंने कहा कि बर्बादी है सो शादी थोड़ी कि डेट में हुई सर 30/9/2017 30 सितंबर 2017 मैरिज से किन्ने लोग सन ਹੈਗੇ ਜੀ ਸਰ 100 ਕੇ ਤਾਂ ਹੈਗੇ ਸੀਗੇ ਇਹ ਤੁਹਾਡੀ ਕੰਟਰੈਕਟ ਸ਼ਾਦੀ ਸੀ ਜਾਰੀਅਤ ਸ਼ਾਦੀ ਸੀ ਹਾਂਜੀ ਸਰ ਤੁਹਾਡੀ ਕੰਟਰੈਕਟ ਸ਼ਾਦੀ ਸੀ ਸਿਰਫ ਕੈਨੇਡਾ ਆਉਣ ਦੀ ਖਾਤਰ ਸ਼ਾਦੀ ਕੀਤੀ ਜਾਂ ਫਿਰ ਤੁਸੀਂ ਇਹ ਰੀਅਲ ਸ਼ਾਦੀ ਸੀ ਤੁਹਾਡੀ ਆਪਸ ਵਿੱਚ ਹੀ ਰੀਅਲ ਸੀ ਸਰ ਰੀਅਲ ਸੀ ਸ਼ਾਦੀ ਦੇ ਖਰਚਾ ਕਿਹਨੇ ਕੀਤਾ ਅਸ਼ਰ ਸਰ ਮੈਂ ਹੀ ਕੀਤਾ ਸੀ ਸਾਰਾ ਖਰਚਾ ਜੀ ਤੇ ਤੁਹਾਡੀ ਵਾਈਫ ਦੇ ਪੇਰੈਂਟਸ ਨੇ ਕਿਉਂ ਨਹੀਂ ਕੀਤਾ ਸਰ ਉਹ ਲੋਅਰ ਜਮੀ ਮਿਡਲ ਕਲਾਸ ਫੈਮਿਲੀ ਤੋਂ ਸੀਗੇ ਸਾਰਾ ਖਰਚਾ ਮੈਂ ਹੀ ਕੀਤਾ ਸੀ ਸਰ ਤੁਹਾਡਾ ਕਾਰੋਬਾਰ ਕੀ ਹੈ ਸਰ ਮੈਂ ਮਤਲਬ ਡਰਾਈਵਰੀ ਕਰਦਾ ਜੀ ਡਰਾਈਵਰੀ ਕਰਦੇ ਹੋ ਹਾਂਜੀ ਸਰ ਇੰਨਾ ਪੜ੍ਹ ਕੇ ਡਰਾਈਵਰ ਕਾਹਦੇ ਹੋ
ਚਲੋ ਐ ਸਰ ਵੀ ਡੇਲੀ ਦੇ ਡੇਲੀ ਪੈਸੇ ਮਿਲੀ ਜਾਂਦੇ ਆਪਾਂ ਨੂੰ ਉਬਰ ਚਲਾਉਂਦੇ ਹੋ ਉਬਰ ਵਗੈਰਾ ਚ ਟੈਕਸੀ ਵਗੈਰਾ ਨਹੀਂ ਸਰ ਆਪਾਂ ਸ਼ੂਟਿੰਗਾਂ ਚ ਗੱਡੀ ਚਲਾਉਂਦੇ ਹਾਂ ਜੀ ਕਾਹਦੀ ਗੱਡੀ ਸ਼ੂਟਿੰਗ ਸਰ ਜਿੱਦਾਂ ਸ਼ੂਟਿੰਗਾਂ ਹੁੰਦੀਆਂ ਕਿਸੇ ਸਿੰਗਰ ਨਾਲ ਗੱਡੀ ਚੱਲਦੀ ਹੈ ਜੀ ਮਤਲਬ ਮੇਰੇ ਫਰੈਂਡ ਦੀ ਟਰਾਂਸਪੋਰਟ ਹੈਗੀ ਹੈ ਮੈਂ ਉਹਦੀ ਗੱਡੀ ਚਲਾਉਂਦਾ ਜੀ ਫਾਰਚੂਨਰ ਵਗੈਰਾ ਨਹੀਂ ਜਿੱਦਾਂ ਸਰ ਕਿਸੇ ਸਿੰਗਰ ਨਾਲ ਐਕਟਰ ਨਾਲ ਜੀ ਉਹਦੀਆਂ ਗੱਡੀਆਂ ਜਾਂਦੀਆਂ ਸਾਰੀਆਂ ਲਗਜ਼ਰੀ ਗੱਡੀਆਂ ਮੈਂ ਸਮਝ ਲੱਗ ਜੀ ਗੱਡੀ ਤੁਸੀਂ ਡਰਾਈਵਰ ਹੋ ਤੁਹਾਨੂੰ ਡੇਲੀ ਬੇਸ ਤੇ ਪੇ ਮਿਲਦੀ ਹੈ ਇਹ ਤੁਹਾਨੂੰ ਡੇਲੀ ਬੇਸ ਤੇ ਪੇ ਕੀ ਦਿੰਦੇ ਆ ਉਹ ਹਾਂਜੀ ਸਰ ਡੇਲੀ ਬੇਸ ਤੇ ਦਿੰਦੇ ਆ ਜੀ ਕੀ ਪੇ ਕਰਦੇ ਤੁਹਾਨੂੰ ਸਰ ਅਲੱਗ ਅਲੱਗ ਚਾਰਜਿਸ ਨੇ ਜਿੱਦਾਂ ਕਿ 500 600 700 ਜਿੰਨਾ ਟਾਈਮ ਲੱਗਦਾ ਤੁਹਾਨੂੰ ਕਿੰਨਾ ਮਿਲ ਜਾਂਦਾ ਸੀ ਐਵਰੇਜ ਮਹੀਨੇ ਦਾ ਸਰ ਮਹੀਨੇ ਦਾ ਹੀ ਬਣ ਜਾਂਦਾ ਜੀ ਆਪਾਂ ਨੂੰ ਮਤਲਬ ਟਾਈਮ ਦੇ ਅਕੋਰਡਿੰਗ ਹੈ ਜੀ ਜਿੱਦਾਂ ਕਈ ਵਾਰ ਡੇ ਨਾਈਟ ਇਕੱਠਾ ਵੀ ਲੱਗ ਜਾਂਦਾ ਹੈ ਸ਼ੂਟ ਐਵਰੇਜ ਮਤਲਬ ਹੁੰਦਾ ਕਿ ਅਪਰੋਕਸੀਮੇਟਲੀ ਕਿੰਨਾ ਪੈਸਾ ਬਣ ਜਾਂਦਾ ਸੀ ਮਹੀਨੇ ਦਾ ਲਗਭਗ ਸਰ 25,000 ਰੁਪਏ ਬਣ ਜਾਂਦਾ ਜੀ ਸਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਸਰ ਫਾਦਰ ਆਟੋਮੋਬਾਈਲ ਇੰਜੀਨੀਅਰ ਹੈ ਓਕੇ ਮਦਰ ਹਾਂਜੀ ਮਦਰ ਹਾਊਸ ਮਦਰ ਹਾਊਸ ਵਾਈਫ ਨੇ ਹਾਂਜੀ ਮੰਮੀ ਹਾਊਸ ਵਾਈਫ ਹੈ ਕਿੰਨੇ ਭੈਣ ਭਰਾ ਹੋ ਸਰ ਸਿਸਟਰ ਜੀ ਤੇ ਇੱਕ ਮੈਂ ਸਿਸਟਰ ਮੈਰਿਡ ਨੇ ਇੱਕੋ ਸਿਸਟਰ ਹੈ ਹਾਂਜੀ ਸਰ ਮਕਾਨ ਤੁਹਾਡਾ ਆਪਣਾ ਹੈ ਹਾਂਜੀ ਸਰ ਸਰ ਫਾਦਰ ਦਾ ਨਾਮ ਕੀ ਹੈ ਸਰਦਾਰ ਅਲੀ ਹੈ ਸਰ ਤੁਹਾਡੇ ਫਾਦਰ ਇਨ ਲਾਅ ਦਾ ਨਾਮ ਕਾਕਾ ਖਾਨ ਸਰ ਕਾਕਾ ਕਾਕਾ ਖਾਨ ਕਾਕਾ ਖਾਨ ਤੁਹਾਡੀ ਮਦਰ ਇਨ ਲਾਅ ਦਾ ਮਦਰ ਇਨ ਲਾਅ ਸੱਸ ਦਾ ਪੁੱਛਦਾ ਜੀ ਜੀ ਮਦਰ ਇਨ ਲਾਅ ਸੱਸੇ ਹੋਈ ਨਾ ਹਾਂ ਸੋਰੀ ਸਰ ਮੈਂ ਦਾਦਾ ਜੀ ਦਾ ਦੱਸ ਬੈਠਾ ਕਾਕਾ ਖਾਨ ਫਾਦਰ ਇਨ ਲਾਅ ਦਾ ਸਰ ਸੋਰੀ ਜਗਤਾਰ ਸਿੰਘ ਹੈ ਜੀ ਤੇ ਮਦਰ ਇਨ ਲਾਅ ਦਾ ਸਰਬਜੀਤ ਕੌਰ ਹੈ ਤੁਸੀਂ ਕਾਕਾ ਖਾਨ ਕਿਹੜਾ ਕਹਿਤਾ ਉਹ ਸਰ ਮੈਂ ਆਪਣੇ ਦਾਦਾ ਜੀ ਦਾ ਨਾਮ ਦੱਸ ਬੈਠਿਆ ਸੀ ਸੋਰੀ ਸਰ ਹਾਂਜੀ ਦਾਦਾ ਜੀ ਦਾ ਨਾਮ ਦੱਸ ਬੈਠਿਆ ਸੀ ਸੋਰੀ ਸਰ ਬਾਬਾ ਤੂੰ ਆਪਣੇ ਦਾ ਹਾਂਜੀ ਸਰ ਮੇਰੇ ਫਾਦਰ ਇਨ ਲਾਅ ਦਾ ਨਾਮ ਹੈਗਾ ਜੀ ਜਗਤਾਰ ਸਿੰਘ ਮਦਰ ਇਨ ਲਾਅ ਦਾ ਨਾਮ ਹੈਗਾ ਸਰਬਜੀਤ ਕੌਰ ਤੁਸੀਂ ਕਹਿ ਰਹੇ ਸਾਡੀ ਸੇਮ ਕਾਸਟ ਹੈ ਤੇ ਉਹਨਾਂ ਨਾਲ ਖਾਨ ਕਿਉਂ ਨਹੀਂ ਆ ਸਰ ਮਤਲਬ ਜਿੱਦਾਂ ਕਿ ਅਸੀਂ ਮੁਸਲਮਾਨਾਂ ਚ ਜੱਟ ਆਉਂਦੇ ਹਾਂ ਜੀ ਜੱਟ ਭਰੇ ਹੀ ਹੈ ਜੀ ਅਸੀਂ ਸਾਡੇ ਸਿੰਘ ਕੌਰ ਚੱਲਦਾ ਜੀ ਅੱਛਾ ਠੀਕ ਹੈ ਹਾਂਜੀ ਸਰ ਤੇ ਤੁਹਾਡਾ ਜਿਹੜਾ ਵਿਆਹ ਹੈ ਉਹ ਕਿਹੜੀ ਰਸਮ ਵਿੱਚ ਹੋਇਆ ਸ਼ਾਦੀ ਕਿਹੜੀ ਰਸਮ ਵਿੱਚ ਕੀਤੀ ਨਿਕਾਹ ਹੋਇਆ ਸਰ ਨਿਕਾਹ ਜੀ ਤੁਸੀਂ ਵਿਆਹ ਤੋਂ ਪਹਿਲਾਂ ਤੁਹਾਡੀ ਡੀਲ ਬਣੀ ਸੀ ਲੜਕੀ ਨੇ ਆਈਲਟ ਕੀਤੀ ਹੋਈ ਸੀ ਜਾਂ ਕਰਨੀ ਸੀ ਸਰ ਨਹੀਂ ਵਿਆਹ ਤੋਂ ਬਾਅਦ ਚ ਹੀ ਕਰਾਈ ਹੈ ਸਰ ਇਹਨਾਂ ਨੂੰ ਆਇਲਸ ਤੁਸੀਂ ਵਿਆਹ ਤੋਂ ਬਾਅਦ ਕਿਥੇ ਪਤਾ ਸੀ ਕੁੜੀ ਨੇ ਆਈਲਟ ਕਰ ਲੈਣੀ ਆ ਮਤਲਬ ਪੜ੍ਹੀ ਲਿਖੀ ਹੈ ਕੁੜੀ ਨਹੀਂ ਸਰ ਮਤਲਬ ਇਹ ਮਤਲਬ ਸਹੁਰਾ ਪਰਿਵਾਰ ਕਹਿੰਦਾ ਵੀ ਜ਼ਿੰਦਗੀ ਬਣ ਜੂਗੀ ਆਈਲੈਟਸ ਕਰਵਾ ਦੇ ਬਾਹਰ ਚਲੇ ਜਾਊਂਗੇ ਤੁਹਾਡੀ ਵੀ ਜ਼ਿੰਦਗੀ ਬਣ ਜੂਗੀ ਤੇਰੇ ਸਾਲੇ ਦੀ ਵੀ ਬਣ ਜੂਗੀ ਕਰਦੇ ਕਰਾਉਂਦੇ ਜੀ ਫਿਰ ਮੈਂ ਆਈਲੈਟਸ ਕਰਾਤੀ ਸੀ ਇਹਨੂੰ 3 ਵਾਰ ਆਈਲੈਟਸ ਕੀਤੀ ਹੈ ਜੀ ਇਹਨੇ 3 ਵਾਰ 3 ਵਾਰ ਆਈਲੈਟਸ ਕੀਤੀ ਹੈ ਤੀਜੀ ਵਾਰੀ ਫਿਰ 6 ਨੰਬਰ ਆਏ 6.5 ਹਾਂਜੀ 6.5 ਪਹਿਲਾਂ ਕਿੰਨੇ ਆਏ 5 ਆਉਂਦੇ ਨੇ ਹਾਂਜੀ 5 5.5 ਸੀਗੇ ਸਰ ਓਕੇ ਜੀ ਸੋ ਤੁਸੀਂ ਆਈਲਟ ਕਰ ਵਿਆਹ ਤੋਂ ਬਾਅਦ ਕਰਾਈ ਆ ਹਾਂਜੀ ਸਰ ਆਈਲਟ ਕਰਾਉਣ ਤੋਂ ਵਿਆਹ ਤੋਂ ਪਹਿਲਾਂ ਕੀ ਹੈ ਮਤਲਬ ਤੁਸੀਂ ਜਦੋਂ ਆਈਲਟ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਫੀਸ ਭਰਦੇ ਹੋ ਕੈਨੇਡਾ ਦੀ ਹਾਂਜੀ ਹਾਂਜੀ ਸਰ ਕਿੰਨੇ ਪੈਸੇ ਲੱਗੇ ਕੈਨੇਡਾ ਭੇਜਣ ਚ ਸਰ ਇਹ ਇਹਦੀ 1 ਸੈਮ ਦੀ ਫੀਸ ਹੋ ਗਈ ਜੀ GIC ਹੋ ਗਈ ਕਿੰਨੇ ਪੈਸੇ ਪੁੱਛੇ ਤੁਹਾਨੂੰ ਪਲੀਜ਼ ਸਮੇਂ ਦੀ ਘਾਟ ਹੈ ਅਪਰੋਕਸੀਮੇਟਲੀ ਕਿੰਨਾ ਸਮਾਂ ਲੱਗਾ ਕਿੰਨਾ ਪੈਸਾ ਲੱਗ ਗਿਆ ਤੁਹਾਡਾ ਟੋਟਲ ਸਰ ਮੈਂ 20 ਲੱਖ ਰੁਪਇਆ ਲੱਗ ਗਿਆ ਜੀ ਮੇਰਾ ਇਹਨੂੰ ਭੇਜਣ ਤੇ ਜੀ ਆਈਲੈਟਸ ਕਰਾਉਣ ਤੋਂ ਲੈ ਕੇ ਭੇਜਣ ਤੱਕ ਜੀ 20 ਲੱਖ ਰੁਪਇਆ ਲੱਗ ਗਿਆ ਆਈਲੈਟਸ ਕਰਾਉਣ ਤੋਂ ਲੈ ਕੇ ਉਹਨੂੰ ਕੈਨੇਡਾ ਤੱਕ ਭੇਜਣ ਤੱਕ ਜੀ ਤੁਹਾਡੀ ਵਾਈਫ ਕਦੋਂ ਕੈਨੇਡਾ ਆਈ ਹੈ ਸਰ ਇਹ ਆਈ ਹੈ ਜੀ 13 ਮਾਰਚ 2019 ਨੂੰ ਤੁਹਾਡਾ ਕਿੰਨਾ ਸਮਾਂ ਰਹੀ ਵਿਆਹ ਕਰਾ ਕੇ 2 ਸਾਲ 1.5 ਸਾਲ ਸਰ
ਤੇ ਸਾਡੇ ਰਿਲੇਸ਼ਨ ਬਣ ਗਿਆ ਸੀ ਹਾਂਜੀ ਸਰ ਕੋ ਬੱਚਾ ਤਾਂ ਨਹੀਂ ਲਿਆ ਤੁਸੀਂ ਡੇਢ ਸਾਲ ਚ ਨਹੀਂ ਸਰ ਬੱਚਾ ਹੋਇਆ ਕਿ ਜੇ ਨਹੀਂ ਲਿਆ ਨਹੀਂ ਲਿਆ ਸਰ ਕਾਰਨ ਫਿਰ ਇਹਨਾਂ ਨੇ ਕਹਿਣਾ ਸੀਗਾ ਉੱਥੇ ਫਿਰ ਸਾਂਭਣ ਵਾਲਾ ਕੋਈ ਹੈ ਨਹੀਂ ਸੀ ਸਰ ਅੱਗੇ ਆਪਣਾ ਤੁਹਾਡੀ ਮਦਰ ਹਾਂਜੀ ਸਰ ਤੁਹਾਡੀ ਮਦਰ ਨਹੀਂ ਸੀ ਬੱਚੇ ਨੂੰ ਸਾਂਭ ਸਕਦੀ ਨਹੀਂ ਸਰ ਫਿਰ ਇਹ ਆਇਲਸ ਕਰਦੀ ਸੀ ਨਾ ਫਿਰ ਇਹਨੇ ਕੈਨੇਡਾ ਆਉਣਾ ਸੀਗਾ ਤਾਂ ਕਰਕੇ ਫਿਰ ਅਸੀਂ ਬੱਚਾ ਨਹੀਂ ਕੀਤਾ ਵੀ ਚਲੋ ਉੱਥੇ ਜਾ ਕੇ ਕਰਾਂਗੇ ਪਰ ਇਹ ਮੇਰੀ ਤੁਹਾਡੀ ਵਾਈਫ 13 March 2019 ਨੂੰ ਆ ਜਾਂਦੀ ਹੈ ਏਅਰਪੋਰਟ ਤੁਸੀਂ ਡ੍ਰੌਪ ਕਰਨ ਜਾਂਦੇ ਹੋ ਹਾਂਜੀ ਸਰ ਦਿੱਲੀ ਏਅਰਪੋਰਟ ਓਕੇ ਸੋ ਦਿੱਲੀ ਏਅਰਪੋਰਟ ਤੇ ਜਾ ਕੇ ਉਸ ਤੋਂ ਬਾਅਦ ਕੈਨੇਡਾ ਆ ਜਾਂਦੀ ਹੈ ਕੈਨੇਡਾ ਕਿਹੜੇ ਸ਼ਹਿਰ ਪਹੁੰਚਦੀ ਆ ਸਰ ਕੈਨੇਡਾ ਹੈ ਸਰੀ ਸਰੀ ਵਿੱਚ ਹੈ ओके तुसी कंप्लेंट कर दी है ऊपर हां जी सर सारे परिवार ते कीती है जी ओके सारे परिवार ते सी कंप्लेंट कीती है हां जी एदे घर दे कह रहे हैं कि जिद्दा साडी कुड़ी कहूगी तां उद्दा करना है जी इस साफ कह रहे हैं जी सानू नहीं थोड़ी आपस विच लड़ाई क्यों है फिर 2019 विच जाके कितना समय गल कर रही थोड़े नाल आसिफ ਸਰ ਉਹੀ ਗੱਲ ਤਾਂ ਸਰ 3 ਕੁ ਮਹੀਨੇ ਹੀ ਮਸਾਂ ਹੋਈ ਹੈ ਜੀ ਉਹਦੇ ਬਾਅਦ ਚ ਤਾਂ ਫਿਰ ਇਹ ਮਤਲਬ ਟਾਈਮ ਪਾਸ ਨੂੰ ਫੋਨ ਕਰਦੀ ਸੀ ਉੱਪਰ ਉੱਪਰ ਤੇ ਰਿਸ਼ਤਾ ਜਾ ਇਹਨੇ ਮੇਰੀ 3 ਵਾਰ ਫਾਈਲ ਲਈ 3 ਵਾਰ ਫਾਈਲ ਮੇਰੀ ਗਲਤ ਲਈ ਹੈ ਜੀ ਇਹਨੇ 3 ਵਾਰੀ ਫਾਈਲ ਰਿਜੈਕਟ ਹੋ ਗਈ ਰਿਜੈਕਟ ਹੋਣ ਦਾ ਕਾਰਨ ਕੀ ਸੀਗਾ ਕੋਈ ਡਾਕੂਮੈਂਟ ਪੂਰੇ ਨਹੀਂ ਸਿਲਾਉਂਦੀ ਹਾਂਜੀ ਪੂਰੇ ਨਹੀਂ ਸਿਲਾਉਂਦੀ ਕੱਚੇ ਛੱਡ ਦਿੰਦੀ ਸੀ ਸਰ ਕੋਈ ਨਾ ਕੋਈ ਕੀ ਕੁਛ ਮਤਲਬ ਸ਼ਰਤ ਕਰੀ ਤੁਹਾਡੇ ਨਾਲ ਕਿ ਤੁਹਾਨੂੰ ਜਵਾਬ ਹੋ ਜਾਵੇ ਉਸ ਤੋਂ ਬਾਅਦ ਫਿਰ ਮੈਨੂੰ ਈਜ਼ੀ ਹੋ ਜਾਊਗਾ ਕਹਿਣਾ ਕਿ ਮੈਂ ਕੀ ਕਰ ਸਕਦੀ ਹਾਂ ਜਦ ਰਿਫਿਊਜੀ ਰਿਫਿਊਜ਼ ਹੋ ਜਾਂਦਾ ਕੇਸ ਮੇਰੇ ਹੱਥ ਵਿੱਚ ਨਹੀਂ ਆ ਮੈਂ ਤੁਹਾਡੇ ਨਾਲ ਇਹ ਲੁਕਣ ਵਿੱਚ ਖੇਡਦੀ ਸੀ ਸਰ ਪਹਿਲਾਂ ਇਹਨੇ 2 ਵਾਰ ਇਹਦਾ ਏਜੰਟ ਸੀਗਾ ਫਾਈਲ ਲਾਈ ਸੀ ਹਾਂਜੀ ਤੇ ਜਦੋਂ 2 ਵਾਰ ਪਹਿਲਾਂ ਫਾਈਲ ਲੱਗੀ ਸੀ ਮੇਰੀ 2 ਵਾਰ ਫਾਈਲ ਲਾਈ ਸੀ ਇਹਨੇ ਇਹਦਾ ਏਜੰਟ ਸੀਗਾ ਸਰ ਓਕੇ ਤੇ ਜਦੋਂ 3rd ਟਾਈਮ ਮੈਂ ਖੁਦ ਆਪਣੀ ਫਾਈਲ ਲਾਈ ਆਪਣਾ ਏਜੰਟ ਵੇਖ ਕੇ ਤੇ ਨੇ ਫਿਰ ਇਹਨੇ ਕੀ ਕੀਤਾ ਇੱਕ ਮਤਲਬ ਐਡਰੈਸ ਨਹੀਂ ਸੀਗਾ ਉਹ ਐਡਰੈਸ ਗਲਤ ਦਿੱਤਾ ਸੀਗਾ ਤੇ ਇਹਦੇ ਅਕਾਊਂਟ 'ਚ ਪੈਸੇ ਸੀਗੇ ਇਹਨੇ ਆਪਣੇ ਭਰਾ ਨੂੰ ਟ੍ਰਾਂਸਫਰ ਕਰਤੇ ਅਕਾਊਂਟ ਖਾਲੀ ਕਰਤਾ ਕੇਸ ਨੋਟ 'ਚ ਲਿਖਿਆ ਬਣਦਾ ਏ ਵੀ ਇਹਦਾ ਅਕਾਊਂਟ ਚਲੋ ਹੁਣ ਤੁਹਾਡੇ ਵਿੱਚ 3 ਵਾਰੀ ਤੁਹਾਨੂੰ ਰਿਫਿਊਜ਼ ਕਰਤਾ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਕੀ ਕਹਿੰਦੇ ਕਿ ਮੈਂ ਸਪਾਂਸਰ ਨਹੀਂ ਕਰਾਂ ਦੁਬਾਰਾ ਹੁਣ ਸਰ ਇਹ ਜਵਾਬ ਦੇਗੀ ਜੀ ਆਪਾਂ ਨੂੰ ਓਕੇ ਸੋ ਤੁਸੀਂ ਕੈਨੇਡਾ ਦੀ ਪੁਲਿਸ ਨੂੰ ਤੁਹਾਡੇ ਸੀਬੀਐਸਏ ਨੂੰ ਇਨਫੋਰਮ ਕੀਤਾ ਕਿ ਮੈਨਾਂ ਨੇ ਹੇਰਾਫੇਰੀ ਕੀਤੀ ਆ ਕਿ ਮੈਨੂੰ ਆਹ ਡਾਕੂਮੈਂਟ ਭੇਜੇ ਜਾਣ ਕੇ ਭੇਜੇ ਆ ਰਿਫਿਊਜ਼ ਹੋ ਜਾਵਾਂ ਮੈਂ ਤੁਸੀਂ ਇਹ ਪ੍ਰੂਫ ਕਰ ਸਕਦੇ ਹੋ ਗਵਰਨਮੈਂਟ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਹਾਂਜੀ ਹਾਂਜੀ ਸਰ ਕਰ ਸਕਦਾ ਜੀ ਮੈਂ ਮੇਰਾ ਉਹਨਾਂ ਨਾਲ ਮੈਂ ਤਾਂ ਹੀ ਕਾਲ ਕੀਤੀ ਤੁਹਾਨੂੰ ਸਰ ਤੁਸੀਂ ਵੀ ਕੇਸ ਇੱਧਰ ਮੇਰਾ ਅਪਲਾਈ ਕਰ ਦਿਓ ਕੇਸ ਕਰ ਦਿਓ ਸਰ ਇਹਨਾਂ ਦੇ ਨਹੀਂ ਤੁਸੀਂ ਐਪਲੀਕੈਂਟ ਤੁਸੀਂ ਹੋ ਵਿਕਟਿਮ ਤੁਸੀਂ ਹੋ ਔਰ ਤੁਹਾਨੂੰ ਅਸੀਂ ਗਾਈਡ ਕਰ ਸਕਦੇ ਹਾਂ ਔਰ ਕੰਪਲੇਂਟ ਤੁਸੀਂ ਕਰਨੀ ਪਵੇਗੀ ਤੁਹਾਨੂੰ ਸਿਸਟਮ ਨੂੰ ਕਿਉਂਕਿ ਸਾਡੇ ਸਿਸਟਮ ਨੂੰ ਮਹਿਸੂਸ ਕਰ ਰਹੇ ਨੇ ਇਹ ਸਾਡੇ ਕੈਨੇਡਾ ਦੇ ਜਿਹੜੇ ਐਮਪੀ ਸੇ ਆ ਪਤਾ ਨਹੀਂ ਸੁੱਤੇ ਪਏ ਨੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਆਪਣੇ ਮੁੱਖ ਮੰਤਰੀ ਕਹਿੰਦਾ ਪ੍ਰਾਈਮ ਮਿਨਿਸਟਰ ਨੂੰ ਜਾਂ ਫਿਰ ਖੁਦ ਇਹ ਜਿਹੜੇ ਐਮਪੀਸ ਨੇ ਇਹਨਾਂ ਦਾ ਇਹ ਫਰਜ਼ ਬਣਦਾ ਅਖਲਾਕੀ ਕਿ ਇਹ ਵੱਧ ਰਿਹਾ ਫਰਾਡ ਕਿ ਇਹਨੂੰ ਰੋਕਿਆ ਕਿਵੇਂ ਜਾਵੇ ਔਰ ਸਾਰੀ ਇਹ ਐਮਪੀਸ ਦੇ ਨਿਗਾਹ ਦੇ ਵਿੱਚ ਹੈ ਨਿਗਰਾਨੀ 'ਚ ਆ ਕਿ ਇਹ ਮੁੰਡੇ ਕੁੜੀਆਂ ਇੱਦਾਂ ਕੈਨੇਡਾ ਵਿੱਚ ਆ ਰਹੇ ਨੇ ਤੇ ਇਮੀਗ੍ਰੇਸ਼ਨ ਲੈਣ ਦੀ ਖਾਤਰ ਆਣ ਕੇ ਰਿਫਿਊਜੀ ਕਰ ਦਿੰਦੇ ਨੇ ਜਾਂ ਫਿਰ ਉੱਥੋਂ ਗਲਤ ਤਰੀਕੇ ਨਾਲ ਐਂਟਰ ਹੋ ਰਹੇ ਨੇ ਆਈ ਡੋਂਟ ਨੋ ਕਿ ਇੱਥੇ ਆਣ ਕੇ ਹੱਲਾ ਗੁੱਲਾ ਕਰਦੇ ਨੇ ਕਿੰਨੇ ਸਾਰੇ ਇਹ ਐਮਪੀ ਨੇ ਇੱਕ ਤੋਂ ਵੱਧ ਨੇ ਇਹਨਾਂ ਨੇ ਡਿਊਟੀ ਜਿਹੜੀਆਂ ਇਹ ਨਿਭਾਉਂਦੇ ਆ ਜਾਂ ਨਹੀਂ ਨਿਭਾਉਂਦੇ ਲੋਕਾਂ ਨੂੰ ਪਤਾ ਆ ਸੋ ਜਦੋਂ ਵੋਟਾਂ ਪੈਂਦੀਆਂ ਉਦੋਂ ਫਿਰ ਭੱਜਦੇ ਨੇ ਸੋ ਮੇਰੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਐਮਪੀ ਨੂੰ ਜਗਾਓ ਕਿ ਭਾਈ ਇਸ ਦੇਸ਼ ਦੇ ਵਿੱਚ ਜਿਹੜਾ ਫਰਾਡ ਦਿਨੋ ਦਿਨ ਵੱਧ ਜਾ ਰਿਹਾ ਇਹਦਾ ਨੁਕਸਾਨ ਤੁਹਾਨੂੰ ਸਾਰਿਆਂ ਨੂੰ ਆ ਤੁਸੀਂ ਸੋਚੋ ਕਿ ਸਾਨੂੰ ਕੀ ਕੋਈ ਆਉਂਦਾ ਕੋਈ ਜਾਂਦਾ ਵੱਧ ਰਹੀ ਗਿਣਤੀ ਦੇ ਵਿੱਚ ਜਦੋਂ ਲੋਕ ਜ਼ਿਆਦਾ ਕਮਿਊਨਿਟੀ ਹੁੰਦੇ ਨੇ ਉਦੋਂ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਜਹਾਲਤ ਆਉਂਦੀ ਹੈ ਲੜਾਈਆਂ ਝਗੜੇ ਹੁਣ ਤੁਸੀਂ ਦੇਖ ਲਓ ਕਿ ਬਾਹਰਲੇ ਦੇਸ਼ਾਂ ਵਿੱਚ ਕੌਂਸਲ ਜਨਰਲ ਦੀ ਸਵਾਮੀ ਤੁਸੀਂ ਲੈਣ ਜਾਂਦੇ ਹੋ ਜੀ ਸਾਨੂੰ ਵੀਜ਼ਾ ਨਹੀਂ ਮਿਲਦਾ ਤੁਹਾਨੂੰ ਵੀਜ਼ਾ ਮਿਲਦਾ ਹੈ ਪਰ ਤੁਸੀਂ ਹਰਕਤਾਂ ਹੀ ਉਹ ਕਰਦੇ ਹੋ ਤੁਸੀਂ ਜਾ ਕੇ ਹੱਲਾ ਗੁੱਲਾ ਕਰਦੇ ਹੋ ਕੌਂਸਲ ਜਨਰਲ ਦੀ ਡਿਊਟੀ ਰਾਈਟਸ ਨੇ ਉਹ ਆਪਣੀ ਡਿਊਟੀ ਕਰਦੇ ਨੇ ਮੈਂ ਸਲੂਟ ਕਰਦਾ ਹਰ ਅੰਬੈਸੀ ਦਾ
ना कि ओनली इंडिया अंबैसी का, जिन्नी अंबैसियां किसी विदेश में ने, चाहे कैनेडा अंबैसी इंडिया में है, चाहे इंडिया अंबैसी कैनेडा में है, चाहे कैनेडा इंडिया में है, चाहे इंग्लैंड में है, इंग्लैंड की इंडिया में है, सो ये अफसर साहबान हर देश के विचों भेज जाते हैं कि साढ़े देश में गए हुए लोग दूजे देश के कोई भी मुश्किल आती है तो उन्होंने मदद कर सकन। तुसी जानते नहीं जानते कैनेडा में कितनी मौतें होती ने, जिहड़े परिवार अपनी बच्चे की डेड बॉडी नहीं मंगा सकते, खर्च नहीं दे सकते, यह इंडिया गवर्नमेंट दिंदी किन्ने लखां करोड़ां रुपये दे चुकी है। थानू मैं एक दिन सबूत पेश करांगा, सरजदजीत सिंह बाल साहब नाल गल करांगा जिन्हां फील्ड हूं मैं, वह किन्नी मदद करते हैं। मैं पुछा कि साल के किन्नियां बॉडी जांदियां ने इंडियन कौंसलेट के राही जो कि गवर्नमेंट इन्ना पैसा पे करती है, ਭਾਵੇਂ ਕਿ ਟੈਕਸ ਪੇਅਰ ਮਨੀ ਨੋ ਮੈਟਰ ਬੈਟਰ, ਪਰ ਗੌਰਮੈਂਟ ਜ਼ਿੰਮੇਵਾਰੀ ਦੇ ਨਾਲ ਤੁਹਾਡੀ ਡਾਕਟਰ ਸੀਕ ਹੁੰਦੀ ਹੈ। ਕਦੇ ਸੋਚਿਆ, ਕਦੇ ਕਿਸੇ ਨੇ ਅਨਾਊਂਸ ਕੀਤਾ, ਕਦੇ ਸਾਡੇ ਕੈਨੇਡਾ ਦੇ ਲੋਕਲ MP ਨੇ MPP ਨੇ ਦੱਸਿਆ ਇੱਥੋਂ ਦੇ ਲੋਕਾਂ ਨੂੰ, ਭਾਈ ਇੰਡੀਆ ਗੌਰਮੈਂਟ ਜਿਹਨਾਂ ਲੋਕਾਂ ਕੋਲ ਪੈਸਾ ਨਹੀਂ ਹੁੰਦਾ, ਜੇ ਕਿਸੇ ਦੀ ਸੂਸਾਈਡ ਵਿੱਚ ਮੌਤ ਹੋ ਜਾਂਦੀ, ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਆ, ਤਾਂ ਇੰਡੀਆ ਗੌਰਮੈਂਟ ਉਸ ਬੋਡੀ ਨੂੰ ਆਪਣੇ ਖਰਚੇ 'ਤੇ ਲਿਜਾਂਦੀ ਆ। ਮੇਰੇ ਤਾਂ ਖਿਆਲ ਨਹੀਂ ਕਦੇ ਕਿਸੇ ਨੇ ਅਨਾਊਂਸ ਕੀਤਾ ਹੋਊਗਾ, ਮੈਂ ਤਾਂ ਕਦੇ ਸੁਣਿਆ ਨਹੀਂ 40 ਸਾਲਾਂ 'ਚ। ਸੋ ਇਹਨਾਂ ਨੇ MPs ਨੂੰ ਹੋਰ ਇੰਟਰਵਿਊ ਕਰਨ ਦਾ ਧਿਆਨ ਹੈ, ਇੰਡੀਆ 'ਚ ਆਹ ਹੋ ਰਿਹਾ, ਬੋ ਹੋ ਰਿਹਾ, ਤਾਂ ਇਹ ਵੀ ਦੱਸੋ ਭਾਈ ਇੰਡੀਆ ਗਵਰਨਮੈਂਟ ਆਪਣੇ ਇੰਡੀਅਨ ਲੋਕਾਂ ਦਾ ਕਿੰਨਾ ਦੂਜੇ ਦੇਸ਼ ਵਿੱਚ ਧਿਆਨ ਦਿੰਦੀ ਆ, ਕਿੰਨਾ ਦੁੱਖ ਉਹਨਾਂ ਨੂੰ ਚੁੱਕਦੀ ਹੈ, ਕਿੰਨਾ ਉਹਨਾਂ ਨੂੰ ਮਦਦ ਕਰਦੀ ਹੈ, ਇਹ ਵੀ ਦੱਸਿਆ ਕਰੋ। ਮੈਂ ਇੰਡੀਆ ਗਵਰਨਮੈਂਟ ਦਾ ਸਪੋਕਸਮੈਨ ਨਹੀਂ ਹੈ, ਮੈਂ ਕੌਂਸਲ ਜਨਰਲ ਦਾ ਸਪੋਕਸਮੈਨ ਨਹੀਂ ਹੈ, ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ, ਛੁੱਟੀ ਵਾਲੇ ਐਮਰਜੈਂਸੀ ਦਿਨ ਤੁਹਾਨੂੰ ਵੀਜ਼ਾ ਮਿਲਦਾ, ਤੁਸੀਂ ਵੀਜ਼ਾ ਲੈ ਕੇ ਦਿਖਾਓ, ਦੂਜੀ ਅੰਬੈਸੀ ਤੋਂ ਐਤਵਾਰ ਨੂੰ ਖੁੱਲ੍ਹਦੀ ਕੋਈ, ਸਿਰਫ ਇੰਡੀਆ ਦੀ ਅੰਬੈਸੀ ਆ ਜਿਹੜੀ ਕਿ ਤੁਹਾਨੂੰ ਸੈਟਰਡੇ ਸੰਡੇ ਨੂੰ ਐਮਰਜੈਂਸੀ ਵੀਜ਼ਾ ਵੀ ਦਿੰਦੀ ਹੈ। ਇਹ ਵੀ ਤੁਹਾਨੂੰ ਥੈਂਕਸ ਕਰਨਾ ਚਾਹੀਦਾ, ਨਾ ਕਿ ਸਿਰਫ ਹੱਲੇ ਗੁੱਲੇ ਹੀ ਕਰਨੇ ਚਾਹੀਦੇ ਆ। ਸੋ ਸਾਨੂੰ ਇਸ ਚੀਜ਼ ਦਾ ਦੁੱਖ ਹੈ, ਜਿਹੜਾ ਕੰਮ ਸਹੀ ਹੁੰਦਾ ਉਹਨੂੰ ਸਹੀ ਵੀ ਕਿਹਾ ਕਰੋ। ਐਨੀਵੇ ਆਸਫ, ਤੁਹਾਡੀ ਵਾਈਫ ਨਾਲ ਹੁਣ ਗੱਲਬਾਤ ਨਹੀਂ ਕਰਤੀ, ਹੁਣ ਜਵਾਬ ਦਿੱਤਾ, ਤੁਸੀਂ ਪੁਲਿਸ ਨੂੰ ਕਿਹੜੇ ਥਾਣੇ ਕੰਪਲੀਟ ਕੀਤੀ, ਮੋਹਾਲੀ ਕੀਤੀ ਆ? ਸਰ ਮੈਂ ਉੱਥੇ ਕੀਤੀ ਹੋਈ ਹੈ ਜੀ, ਆਪਣਾ ਇੱਕ SSP ਸਾਹਿਬ ਨੂੰ ਦਰਖਾਸਤ ਦਿੱਤੀ ਸੀ, ਇੱਕ NRI ਵਿੰਗ ਨੂੰ। NR ਵਿੰਗ ਨੂੰ? NR ਵਿੰਗ ਦਾ ਜਿਹੜਾ ਇੰਚਾਰਜ ਕੌਣ ਹੈ ਜਿਹਨੂੰ ਦਿੱਤੀ ਤੁਸੀਂ, SP ਰੈਂਕ ਹੈ ਜਾਂ ਸਬ ਇੰਸਪੈਕਟਰ ਹੈ? ਉੱਥੇ ਸਰ ਆਪਣੇ AIG ਸਾਹਿਬ ਨੂੰ ਦਿੱਤੀ ਸੀਗੀ, ਉੱਥੇ ਮਤਲਬ ਮੇਰੇ ਨਾਲ ਉਹ ਜਿਹੜਾ ਉੱਥੇ ਮਤਲਬ ਪੁਲਿਸ ਵਾਲੇ ਉਹ ਮੈਥੋਂ ਰਿਸ਼ਵਤ ਮੰਗ ਰਿਹਾ FIR ਕਰਨੇ ਦੀ। ਤੁਹਾਡੇ ਕੋਲੋਂ ਰਿਸ਼ਵਤ ਮੰਗ ਰਿਹਾ ਪੁਲਿਸ ਵਾਲਾ? ਹਾਂਜੀ। ਤੁਸੀਂ ਸ਼ੋਰ ਹੋ ਤੁਹਾਨੂੰ, ਤੁਹਾਡੇ ਕੋਲ ਪ੍ਰੂਫ ਹੈ? ਮੇਰੇ ਕੋਲ ਰਿਕਾਰਡਿੰਗ ਪਈ ਹੈ ਸਰ ਪੁਲਿਸ ਵਾਲੇ ਦੀ। ਪੁਲਿਸ ਵਾਲੇ ਦੀ ਰਿਕਾਰਡਿੰਗ ਪਈ ਹੈ ਤੁਹਾਡੇ ਕੋਲ, ਪੁਲਿਸ ਵਾਲੇ ਦਾ ਨਾਂ ਕੀ ਹੈ? ਉਹਦਾ ਸਰ ਰਵਿੰਦਰ ਸਿੰਘ ਸਬ ਇੰਸਪੈਕਟਰ ਹੈ ਜੀ। ਰਵਿੰਦਰ ਸਿੰਘ ਸਬ ਇੰਸਪੈਕਟਰ, ਤੁਸੀਂ ਰਿਕਾਰਡਿੰਗ ਜਿਹੜੀ ਸਾਡੇ ਹੋਮ ਮਿਨਿਸਟਰ ਨੇ ਭਗਵੰਤ ਮਾਨ ਜੀ ਦੇ ਦਫ਼ਤਰ ਭੇਜੀ ਹੈ? ਸਰ ਇਹ ਮੈਂ ਹੁਣ ਕੱਲ ਨੂੰ ਮੈਂ ਗੱਲ ਮੀਡੀਆ 'ਚ ਚੱਕਣੀ ਹੈ, ਇੱਧਰ ਮੈਂ ਮੀਡੀਆ 'ਚ ਵਾਇਰਲ ਕਰਨੀ ਹੈ ਜੀ ਉਹ ਰਿਕਾਰਡਿੰਗ NRI ਵਿੰਗ ਜਾ ਕੇ। ਨਹੀਂ ਇਹ ਤੁਸੀਂ ਭਗਵੰਤ ਮਾਨ ਜੀ ਦੇ ਆਫਿਸ ਭੇਜ ਦੋ, ਔਰ ਉਹਨਾਂ ਦੇ ਨਾਲ ਰਾਜਵਿੰਦਰ ਨੇ ਜਿਹੜੇ ਕਿ ਘੁੰਮਣ ਸਾਹਿਬ ਪਰਸਨ ਉਹਨਾਂ ਦੇ ਅਸਿਸਟੈਂਟ ਨੇ, ਪਰਸਨ ਉਹਨਾਂ ਦਫ਼ਤਰ ਵਿੱਚ ਨੇ, ਬਹੁਤ ਹੀ ਸਿਆਣੇ ਨੇ, ਔਰ ਉਹਨਾਂ ਨੇ ਮਿੰਟਾਂ ਸਕਿੰਟਾਂ ਵਿੱਚ ਇਹਨੂੰ ਚੁੱਕ ਕੇ ਅੰਦਰ ਦੇ ਲੈਣਾ। ਤੁਹਾਡੇ ਕੋਲ ਪਰੂਫ ਹੈ? ਕਿਉਂਕਿ ਇਹ ਆਪਣੇ ਬਿਜ਼ਨਸ ਡਿਪਾਰਟਮੈਂਟ ਦੇ DGP ਸਾਹਿਬ ਆਨਰੇਬਲ ਰਵਿੰਦਰ ਆਪਣੇ ਬਰਿੰਦਰ ਜੀ ਨੇ, ਬਹੁਤ ਹੀ ਇੰਟੈਲੀਜੈਂਟ ਨੇ DGP ਸਾਹਿਬ, ਔਰ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ, ਉਹਨਾਂ ਨੇ ਮਿੰਟ ਦਾ ਕੰਮ ਹੈ। ਤੁਹਾਡੇ ਕੋਲ ਵੀਡੀਓ ਹੈ ਪੈਸੇ ਮੰਗਦਿਆਂ ਦੀ ਆਡੀਓ? ਹਾਂਜੀ ਹਾਂਜੀ ਸਰ ਆਡੀਓ ਹੈਗੀ ਹੈ ਮੇਰੇ ਕੋਲ। ਤੁਹਾਡੇ ਕੋਲ ਇਸ ਪੁਲਿਸ ਅਫਸਰ ਦੀ ਫੋਟੋ ਹੈ? ਫੋਟੋ ਹਾਂਜੀ ਸਰ ਉਹਨਾਂ ਹੈਗੀ ਹੈ, ਵਟਸਐਪ ਤੇ ਲਾਈ ਹੋਈ ਹੈ। ਓਕੇ, ਮੈਨੂੰ ਫੋਟੋ ਤੇ ਨਾਲ ਵੀਡੀਓ ਭੇਜੋ, ਅਸੀਂ ਕੁਝ ਕਮਰਸ਼ੀਅਲ ਲੈ ਰਹੇ ਮਿੰਟਾਂ ਵਿੱਚ ਪਲੀਜ਼। ਤੁਹਾਡਾ ਅਸੀਂ ਵਾਅਦਾ ਕਰਦੇ, ਇੱਕ ਤਾਂ ਕੈਨੇਡਾ ਗਵਰਨਮੈਂਟ ਨੂੰ ਇਨਫੋਰਮ ਕਰਦੇ ਕਿ ਤੁਹਾਡਾ ਧੋਖਾ ਹੋਇਆ, ਤੁਹਾਡੀ ਮਿਸਿਸ ਨੂੰ ਕਿਸੇ ਵੀ ਹਾਲਤ ਵਿੱਚ ਇਮੀਗ੍ਰੇਸ਼ਨ ਨਹੀਂ ਮਿਲੇਗੀ, ਮੈਂ ਤੁਹਾਡਾ ਵਾਅਦਾ ਕਰਦਾ। ਦੂਜਾ, ਤੁਹਾਡਾ ਵਾਅਦਾ ਕਰਦਾ ਕਿ ਪੰਜਾਬ ਦੇ ਬਿਜ਼ਨਸ ਡਿਪਾਰਟਮੈਂਟ ਦੇ DGP ਸਤਿਕਾਰਯੋਗ ਬਰਿੰਦਰ ਜੀ ਬਹੁਤ ਐਕਟਿਵ ਅਗਰੈਸਿਵ ਨੇ ਅਤੇ ਇਨਸਾਫ਼ ਦਿੰਦੇ ਨੇ, ਬਿਨਾਂ ਪ੍ਰੈਸ਼ਰ ਤੋਂ ਕੰਮ ਕਰਦੇ ਨੇ। ਦੂਜੇ ਹੋਮ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਨੇ ਸੈਟਅਪ ਕੀਤਾ ਹੋਇਆ, ਕੋਈ ਵੀ ਮੰਤਰੀ ਹੋਵੇ, ਸੰਤਰੀ ਹੋਵੇ, ਭਾਵੇਂ ਕਿ ਪੁਲਿਸ ਵਾਲਾ ਹੋਵੇ, ਜੇ ਕੋਈ ਡਿਮਾਂਡ ਮੰਗਦਾ ਰਿਸ਼ਵਤ ਲੈਂਦਾ ਤਾਂ ਉਹਨੂੰ ਚੁੱਕ ਕੇ ਅੰਦਰ ਦਿੰਦੇ ਨੇ ਅਤੇ ਬਣਦੀ ਕਾਰਵਾਈ ਕਰਦੇ ਨੇ, ਅਤੇ ਕਰਨਗੇ ਭਗਵੰਤ ਮਾਨ ਜੀ, ਇਹ ਉਹਨਾਂ ਵਿੱਚ ਖੂਬੀ ਹੈ, ਔਰ ਉਹ ਇੱਕ ਬੇਦਾਗ ਸ਼ਖਸੀਅਤ ਨੇ, ਟਰੂ ਐਂਡ ਫੈਕਟ ਹੈ। ਮੈਂ ਅੱਗੇ ਵੀ ਕਿਹਾ ਸੀ, ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਿਹਾ, ਔਰ ਜਦੋਂ ਉਹ ਐਲਾਨੇ ਗਏ ਸੀਗੇ ਚਿਹਰਾ ਕਿ ਜੇ ਆਮ ਪਾਰਟੀ ਆਉਂਦੀ ਤਾਂ ਭਗਵੰਤ ਮਾਨ ਬਣਨਗੇ, ਤਾਂ ਮੈਂ ਮੁਬਾਰਕਬਾਦ ਵੀ ਦਿੱਤੀ ਸੀ। ਇਹ ਟਰੂ ਹੈ ਕਿ ਉਹ ਇੱਕ ਸਿੰਪਲ ਜ਼ਿੰਦਗੀ ਜੀਂਦੇ ਨੇ, ਲੋਕਾਂ ਨੂੰ ਹਸਾਉਂਦੇ ਵੀ ਨੇ ਅਤੇ ਲੋਕਾਂ ਦਾ ਦੁੱਖ ਵੀ ਚੁੱਕਦੇ ਨੇ, ਅਤੇ ਸਪੈਸ਼ਲੀ ਰਿਸ਼ਵਤ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲੈਂਦੇ ਨੇ ਉਹ।
ਤੁਸੀਂ ਮੈਨੂੰ ਉਹਨਾਂ ਦੀ ਫੋਟੋ ਇੱਕ ASI ਰਵਿੰਦਰ ਦੀ ਕਿੰਨੇ ਪੈਸੇ ਮੰਗ ਰਹੇ ਤੁਹਾਡੇ ਕੋਲੋਂ 2 ਲੱਖ ਰੁਪਈਆ ਸਰ ਤੁਹਾਡਾ ਨੰਬਰ ਹੈ ਤੁਹਾਡੇ ਕੋਲ ਨੰਬਰ ਹੈ ਉਹਨਾਂ ਦਾ ਉਹਨਾਂ ਦਾ ਸਰ ਹਾਂਜੀ ਮੇਰੇ ਫਾਦਰ ਦੇ ਫੋਨ ਚ ਹੈ ਮੈਂ ਉਹ ਤੁਹਾਨੂੰ ਵਟਸਐਪ ਕਰ ਦੂੰਗਾ ਮੈਨੂੰ ਰਾਈਟ ਵੇ ਨੰਬਰ ਭੇਜੋ ਤੇ ਨਾਲੇ ਫੋਟੋ ਤੇ ਨਾਲੇ ਰਿਕਾਰਡਿੰਗ ਭੇਜੋ ਕਮੈਂਟ ਚ ਆਪਾਂ ਰਾਈਟ ਵੇ ਇਹਨੂੰ ਸੋਲਵ ਕਰਦੇ ਹਾਂ ਤੁਸੀਂ ਦੇਖੋ ਸਵੇਰ ਨੂੰ ਤੁਹਾਡੇ ਘਰ ਵਿੱਚ ਕਰਨ ਕੇ ਤੁਹਾਡੀ ਸੋਲਵ ਕਰੂਗਾ ਪ੍ਰੋਬਲਮ ਮੈਂ ਤੁਹਾਨੂੰ ਵਾਅਦਾ ਕਰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਡੀਪੀ ਸਾਹਿਬ ਦੇ ਆਫਿਸ ਤੁਸੀਂ ਭੇਜੋ ਮੈਂ ਭੇਜਦਾ ਕਿ ਦੇਖ ਲਓ ਕੀ ਹੋ ਰਿਹਾ ਔਰ ਜਿਹਦੇ ਚ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗੂਗਾ ਉਹਨਾਂ ਦੇ ਦਫ਼ਤਰ ਨੂੰ ਕਿਉਂਕਿ ਹਰ ਚੀਜ਼ ਜਿਹੜੀ ਮੁੱਖ ਮੰਤਰੀ ਸਾਹਿਬ ਨਹੀਂ ਦੇਖ ਸਕਦੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਨੂੰ ਬਹੁਤ ਸਾਰੇ ਕੰਮ ਨੇ ਇਹ ਤਾਂ ਬਹੁਤ ਛੋਟਾ ਕੰਮ ਹੈ ਤਾਂ ਉਹ ਲੰਮੇ ਹੱਥੀ ਲੈਂਦੇ ਨੇ ਔਰ ਇਹਦੀ ਐਗਜ਼ਾਮਪਲ ਹੈ ਕਿੰਨੇ ਉਹਨਾਂ ਨੇ ਆਪਣੇ ਹੀ ਮੰਤਰੀ ਅਤੇ MLA ਚੌਕੇ ਅੰਦਰ ਦਿੱਤੇ ਨੇ ਤੇ ਜਿਹਨਾਂ ਨੂੰ ਕੱਢਿਆ ਹਾਂਜੀ ਸਰ ਸੋ ਇਹ ਮੰਨਣਾ ਪਊਗਾ ਕਿ ਭਗਵੰਤ ਮਾਨ ਇਸ ਗੱਲ ਤੋਂ ਤੁਸੀਂ ਮੁਨਕਰ ਨਹੀਂ ਨਾ ਹੋ ਸਕਦੇ ਕਿ ਉਹ ਜੋ ਕਹਿੰਦੇ ਨੇ ਉਹ ਨਹੀਂ ਕਰਦੇ ਉਹ ਜੋ ਕਹਿੰਦੇ ਨੇ ਕਰ ਰਹੇ ਨੇ ਕੁਝ ਫਾਈਨੈਂਸ਼ਲੀ ਗੱਲਾਂ ਨਹੀਂ ਕਰ ਸਕਦੇ ਕਿ ਪੈਸਾ ਨਹੀਂ ਹੈ ਪਰ ਆ ਜਿਹੜਾ ਜਿਹੜਾ ਪੈਸੇ ਬਗੈਰ ਕੰਮ ਹੋਣ ਵਾਲਾ ਉਹ ਤਾਂ ਕਰਦੇ ਨੇ ਉਹ ਕਰ ਰਹੇ ਨੇ ਮੈਂ ਅਗਵਾਈ ਦੇਣ ਨੂੰ ਤਿਆਰ ਹਾਂ ਮੈਂ ਕੋਰੇ ਕਾਲ ਦੇਖਣ ਨੂੰ ਤਿਆਰ ਹਾਂ ਕਿ ਮੈਂ ਉੱਥੇ ਰਹਿ ਕੇ ਆਇਆ ਉਹ ਕਰਦੇ ਨੇ ਲੰਮੇ ਹੱਥ ਰਹਿੰਦੇ ਨੇ ਪਰ ਮੈਂ ਕਿ ਉਹਨਾਂ ਦਾ ਕਿੰਨਾ ਵੀ ਮਰਜ਼ੀ ਯਾਰ ਦੋਸਤ ਹੋਵੇ ਇੱਥੇ ਕਿ ਯਾਰ ਦੋਸਤ ਗਏ ਨੇ ਉਹਨਾਂ ਨੇ ਮੂੰਹ ਨਹੀਂ ਲਾਇਆ ਉਹਨਾਂ ਪਤਾ ਲੱਗਿਆ ਕਿ ਇਹਨਾਂ ਨੇ ਪੈਸੇ ਬਣਾਉਣੇ ਸੀ ਤਾਂ ਉਹਨਾਂ ਨੂੰ ਦੂਰ ਰੱਖਿਆ ਹੋਇਆ ਸੋ ਬਟ ਅਸ ਆਈ ਸੇ ਮੈਂ ਇਹੀ ਕਹਿ ਸਕਦਾ ਕਿ ਹੀ ਇਜ਼ ਏ ਗ੍ਰੇਟ ਮੁੱਖ ਮੰਤਰੀ ਨੋ ਡਾਊਟ ਜਿਹੜੀ ਗੱਲ ਸੱਚੀ ਹੈ ਸੱਚੀ ਹੈ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਕਦੋਂ ਪੂਰੇ ਕਰਦੇ ਆ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਪਰ ਇਹ ਗੱਲ ਹੈ ਉਹਨਾਂ ਨੇ ਪੱਕੀ ਕਿ ਰਿਸ਼ਵਤ ਵਾਲੇ ਨੂੰ ਲੰਮੇ ਹੱਥੀ ਲੈਂਦੇ ਨੇ ਐਨਵੀ ਅਸੀਂ ਕੁਝ ਕਮਰਸ਼ੀਅਲ ਬ੍ਰੇਕ ਲੈ ਰਹੇ ਹਾਂ ਉਸ ਤੋਂ ਬਾਅਦ ਵਾਪਸ ਆ ਰਹੇ ਹਾਂ ਔਰ ਆਓ ਅਸੀਂ ਕਟਾਰੀਆ ਟਰੈਵਲ ਟੂਰ ਦੀ ਜਾਣਕਾਰੀ ਦੇ ਦਈਏ ਕਟਾਰੀਆ ਟਰੈਵਲ ਟੂਰ ਦੇ ਦੋ ਦਫ਼ਤਰ ਨੇ ਆਨੇਵਲ DGP ਸਾਹਿਬ ਨੂੰ ਕਿਉਂ ਨਹੀਂ ਇਨਫੋਰਮ ਕਰਦੇ ਭਗਵੰਤ ਮਾਨ ਜੀ ਦਫ਼ਤਰ ਵਿੱਚ ਕਿਉਂ ਨਹੀਂ ਤੁਸੀਂ ਰਿੰਗ ਕਰਦੇ ਜਦਕਿ ਉਹਨਾਂ ਨੇ ਇੱਕ ਹੈਲਪਲਾਈਨ ਖੋਲ੍ਹੀ ਹੋਈ ਹੈ ਲੋਕ ਹਾਲੇ ਵੀ ਹੈਲਪਲਾਈਨ ਦੀ ਵਰਤੋਂ ਨਹੀਂ ਕਰਦੇ ਕਸੂਰ ਜਿਹੜਾ ਭਗਵੰਤ ਮਾਨ ਜੀ ਦਾ ਨਹੀਂ ਹੈ ਇਹ ਕਸੂਰ ਸਾਡੇ ਲੋਕਾਂ ਦਾ ਹੈ ਜੇ ਸੱਚੀ ਗੱਲ ਹੈ ਤਾਂ ਤੁਹਾਡੇ ਪਾਸ ਪ੍ਰੂਫ ਹੈ ਤਾਂ ਤੁਸੀਂ 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 ਉਹਨਾਂ ਨੂੰ ਕਾਲ ਕਰੋ ਅਤੇ ਆਪਣਾ ਜਿਹੜਾ ਬਣਦਾ ਇਨਸਾਫ ਲੈ ਸਕਦੇ ਹੋ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਲੰਬੇ ਹੱਥੀ ਲੈਂਦੇ ਨੇ ਭਾਵੇਂ ਕਿ ਪੁਲਿਸ ਅਫਸਰ ਹੋਵੇ ਜਾਂ ਫਿਰ ਕਿਸੇ ਵੀ ਡਿਪਾਰਟਮੈਂਟ ਕੋਈ ਵੀ ਵਿਅਕਤੀ ਹੋਵੇ ਤਾਂ ਉਹਨਾਂ ਨੂੰ ਉਹ ਕਦੇ ਵੀ ਬਖਸ਼ਦੇ ਨਹੀਂ ਇੱਥੋਂ ਤੱਕ ਕਿ ਵੱਡੇ ਵੱਡੇ ਅਫਸਰ ਵੀ ਉਹਨਾਂ ਨੇ ਆਪਣੀ ਲਪੇਟ ਵਿੱਚ ਲਿਆਂਦੇ ਨੇ ਅਤੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਸਪੈਂਡ ਜਾਂ ਡਿਸਮਿਸ ਜਾਂ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਵੀ ਬੰਦ ਕੀਤਾ ਅਤੇ ਮਨਿਸਟਰ ਵੀ ਜੇਲ੍ਹ ਵਿੱਚ ਜਾਂਦੇ ਨੇ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈ ਅਤੇ ਹੋਰ ਵੀ ਜਾਣਗੇ ਇਹ ਭਗਵੰਤ ਮਾਨ ਜੀ ਆਪ ਵਿਧਾਨ ਸਭਾ ਵਿੱਚ ਕਹਿ ਚੁੱਕੇ ਨੇ ਸੋ ਅਸੀਂ ਜਗਤਾਰ ਸਿੰਘ ਜੀ ਲਾਈਨ 'ਤੇ ਨੇ ਜੀ ਲੜਕੀ ਦੇ ਫਾਦਰ ਸਾਹਿਬ ਲੜਕੀ ਦੇ ਫਾਦਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜਗਤਾਰ ਸਿੰਘ ਜੀ ਤੁਹਾਡਾ ਅਸੀਂ ਇੱਕ ਕੇਸ ਹੈਂਡਲ ਕਰ ਰਹੇ ਹਾਂ ਔਰ ਤੁਹਾਡੀ ਲੜਕੀ ਕੈਨੇਡਾ ਵਿੱਚ ਆਈ ਔਰ ਤੁਸੀਂ ਇੱਕ ਲੜਕੀ ਨਾਲ ਆਸ਼ਪਨ ਨਾਲ ਫਰੌਡ ਕੀਤਾ 20 ਲੱਖ ਰੁਪਈਆ ਦੇ ਕੇ ਉਸ ਲੜਕੀ ਨੂੰ ਸਪੋਂਸਰ ਤਾਂ ਕੀਤਾ ਲੜਕਾ ਕਹਿੰਦਾ ਆ ਪਰ ਉਹਨਾਂ ਨੇ ਪ੍ਰੋਪਰ ਡਾਕੂਮੈਂਟ ਨਹੀਂ ਲਾਏ ਤੇ ਜਿਸ ਕਰਕੇ ਇਮੀਗ੍ਰੇਸ਼ਨ ਨੇ ਉਹਨਾਂ ਦਾ ਕੇਸ ਰਿਜੈਕਟ ਕੀਤਾ ਆ ਜੀ ਇਹਦਾ ਇਧਰ ਸਾਰਾ ਕੁਝ ਹੋ ਲਿਆ ਹੈ ਹਾਂਜੀ ਲੜਕੇ ਦਾ ਲੜਕੇ ਨਾਲ ਕੋਈ ਫਰੌਡ ਨਹੀਂ ਸੀਗਾ ਇਹ ਸਾਡੇ ਸਾਡੀ ਕਾਸਟ ਦਾ ਲੜਕਾ ਇਹ ਜੀ ਠੀਕ ਹੈ ਜੀ ਅਸੀਂ ਰਿਸ਼ਤਾ ਜੋੜਿਆ ਸੀ ਇਸ ਬੇਟੇ ਨਾਲ ਨਹੀਂ ਤੁਹਾਡੀ ਕਾਸਟ ਲੜਕਾ ਤਾਂ ਹੈ ਬਾਅਦ ਮੈਂ ਇਹਨਾਂ ਨੇ ਅਫਰੀਕੀ ਲੜ ਝਗੜ ਕੇ ਆਪਣਾ ਵਿਗਾੜ ਲਈ ਆ ਵਿਗਾੜੀ ਕਰਦੇ ਹੋਏ ਲੜਕੇ ਦਾ ਕੀ ਕਸੂਰ ਆ ਲੜਕੀ ਦਾ ਕੀ ਕਸੂਰ ਆ ਲੜਕੀ ਨੂੰ ਡਿਸਟਰਬ ਕਰਦਾ ਲੜਕਾ ਇਸ ਲੜਕੇ ਨੇ ਤੁਹਾਡੇ ਤੇ ਕੇਸ ਕੀਤਾ ਤੁਹਾਨੂੰ ਪਤਾ ਕਿ ਲੜਕੇ ਨੇ ਕੇਸ ਕਰ ਦਿੱਤਾ ਹੁਣ ਤੁਹਾਨੂੰ ਕਾਨੂੰਨੀ ਜਿਹੜੀ ਹੈ ਉਹ ਅੜਚਣ ਪਵੇਗੀ ਤੇ ਲੜਕੀ ਦੀ ਜਿਹੜੀ PCC ਆ ਉਹ ਕਲੀਅਰ ਨਹੀਂ ਹੋਣੀ ਤੇ ਲੜਕੀ ਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ ਪਰ ਇਹਦਾ ਹੱਲ ਤੁਹਾਡੇ ਕੋਲ ਹੈ ਉਹ ਤਾਂ ਹੁਣ ਇਹ ਦੇਖਣਗੇ ਆਪੇ ਦੋ ਜੀ ਸਾਨੂੰ ਕੋਈ ਮਤਲਬ ਨਹੀਂ ਹੈ ਇਸ ਚੀਜ਼ਾਂ ਦਾ ਮਤਲਬ ਤੁਸੀਂ ਆਪਣੀ ਲੜਕੀ ਨੂੰ ਸਮਝਾ ਨਹੀਂ ਸਕਦੇ ਕਿ ਲੜਕੀ ਨੂੰ ਆਡਿਟ ਕਰਾਈ ਆ ਉਹਨੇ ਇੰਨਾ ਪੈਸਾ ਖਰਚ ਕੀਤਾ ਬਸ ਰਿਸ਼ਤਾ ਜੋੜਿਆ ਤਾਂ ਸਮਝਾ ਕੇ ਜੋੜਿਆ ਤਾਂ ਉਹਨਾਂ ਨੇ ਆਪਣੇ ਅਫਸੀ ਲਵ ਮੈਰਿਜ ਸੀ ਇਹਨਾਂ ਦੀ ਨਹੀਂ ਰਿਸ਼ਤਾ ਆਪਣੇ ਆਪ ਨਾਲ ਸਹਿਮਤ ਹੋ ਗਏ ਸਾਡੀ ਕਾਸਟ ਦਾ ਮੁੰਡਾ ਤੇ ਕਸੂਰ ਕਿਹਦਾ ਆਇਆ ਇਹ ਹੈ ਕਸੂਰ ਲੜਕੇ ਦਾ ਆਇਆ ਜਾਂ ਲੜਕੀ ਦਾ ਤੁਹਾਡੀ ਦਾ ਦੋਹਾਂ ਦਾ ਜਗਤਾਰ ਜੀ ਤੁਹਾਡੀ ਬੇਟੀ ਲਾਈਨ ਤੇ ਹੈ ਜੀ ਜਸਪ੍ਰੀਤ ਕੌਰ
ਜਸਪ੍ਰੀਤ ਤੁਸੀਂ ਲਾਈਨ ਤੇ ਹੋ ਔਰ ਤੁਹਾਡਾ ਹਸਬੈਂਡ ਤੁਹਾਡੇ ਫਾਦਰ ਸਾਹਿਬ ਲਾਈਨ ਤੇ ਨੇ ਔਰ ਤੁਹਾਡੀ ਪੀਸੀਸੀ ਜਿਹੜੀ ਕਲੀਅਰ ਹੋਣੀ ਸੀ ਉਹਨਾਂ ਨੇ ਰੋਕ ਦਿੱਤੀ ਆ ਔਰ ਤੁਹਾਡੇ ਤੇ ਮੁਕੱਦਮਾ ਚਲਾ ਦਿੱਤਾ ਤੇ ਐਨਆਰਆਈ ਦੇ ਕੋਲ ਕੰਪਲੇਂਟ ਕਰ ਦਿੱਤੀ ਆ ਤੇ ਇਹ ਕੰਪਲੇਂਟ ਅਸੀਂ ਆਰਸੀਪੀ ਨੂੰ ਦੇ ਰਹੇ ਹਾਂ ਕਿ ਇੱਕ ਮੇਰੀ ਗੱਲ ਸੁਣੋ ਜੋ ਵੀ ਆ ਪੁਲਿਸ ਹੋਊਗਾ ਤੁਸੀਂ ਇੱਕ ਗੱਲ ਦੱਸੋ ਤੁਸੀਂ ਮੇਰਾ ਕੰਸੈਂਟ ਲਿਆ ਮੈਨੂੰ ਕਾਲ ਕਰਨ ਤੋਂ ਪਹਿਲਾਂ ਹਾਂਜੀ ਤੁਸੀਂ ਮੈਨੂੰ ਪੁੱਛਿਆ ਸੀ ਕਿ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਕੁਐਸਚਨਿੰਗ ਕਰੂੰਗੇ ਇਦਾਂ ਤਿਆਰ ਹੋ ਔਰ ਤੁਸੀਂ ਐਗਰੀ ਕੀਤਾ ਆ ਔਰ ਤੁਹਾਡਾ ਹਸਬੈਂਡ ਦੋਸ਼ ਲਾ ਰਿਹਾ ਕਿ ਤੁਸੀਂ ਉਹਨਾਂ ਨੇ ਫਾਰਮ ਤਾਂ ਭਰੇ ਆ ਤਿੰਨ ਵਾਰੀ ਸਪੌਂਸਰ ਕੀਤਾ ਆ ਪਰ ਜਾਣਬੁੱਝ ਕੇ ਉਹ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਕਿ ਡਾਕੂਮੈਂਟ ਕੰਪਲੀਟ ਨਹੀਂ ਕੀਤੇ ਜਿਸ ਕਰਕੇ ਮੈਨੂੰ ਰਿਫਿਊਜ਼ ਕਰਤਾ ਤੇ ਹੁਣ ਮੈਨੂੰ ਜਵਾਬ ਦੇ ਕੇ ਕਿ ਮੈਂ ਸਪੌਂਸਰ ਨਹੀਂ ਕਰਨਾ ਕੀ ਇਹ ਸੱਚੀ ਗੱਲ ਹੈ ਆਪ ਜੀ ਦੀ ਮੇਰੀ ਗੱਲ ਸੁਣੋ ਤੁਸੀਂ ਮੇਰਾ ਕੰਸੈਂਟ ਲਿਆ ਯੂ ਨੋ ਇਟਸ ਕੈਨੇਡਾ ਮੈਂ ਤੁਹਾਨੂੰ ਸੂ ਕਰ ਸਕਦੀ ਹਾਂ ਐਂਡ ਸੈਕਿੰਡ ਥਿੰਗ ਜੇ ਕੋਈ ਫੈਸਲਾ ਹੋਊ ਤਾਂ ਪੁਲਿਸ ਨਾਲ ਹੋਊਗਾ ਇੱਥੇ ਸਾਡਾ ਕੋਈ ਮਤਲਬ ਨਹੀਂ ਆਨਸਰ ਦੇਣ ਦਾ ਤੁਹਾਡੇ ਕਿਸੇ ਵੀ ਕੁਐਸਚਨ ਦਾ ਮੇਕ ਸ਼ੁਰ ਵਾਚ ਯੋਰ ਲੈਂਗੁਏਜ ਔਰ ਇਹ ਤੁਹਾਡੇ ਤੋਂ ਕੰਸੈਂਟ ਲੈ ਚੁੱਕੇ ਆ ਜੇ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਤੁਸੀਂ ਆਪਣਾ ਫੋਨ ਬੰਦ ਕਰ ਸਕਦੇ ਹੋ ਮੈਨੂੰ ਤਾਂ ਪਤਾ ਹੀ ਨਹੀਂ ਸਰ ਸਾਹਿਬ ਤੁਸੀਂ ਗੱਲ ਕਰੋ ਓਪਨ ਤੁਸੀਂ ਲਾਈਨ ਤੇ ਲੈ ਕੇ ਜਸਟ ਓਪਨ ਪਲੀਜ਼ ਜੀ ਬਿਲਕੁਲ ਜੀ ਬਕਾਇਦਾ ਹੈ ਬੱਚੇ ਤੁਸੀਂ ਮੇਕ ਸ਼ੁਰ ਯੂ ਗਿਵ ਆਨਸਰ ਨਾਓ ਹਾਂਜੀ ਮੈਂ ਆਨਸਰ ਕਰ ਰਿਹਾ ਜੀ ਮੈਨੂੰ ਬੱਚੀ ਨੂੰ ਪੁੱਛਿਆ ਗਿਆ ਜੀ ਬਕਾਇਦਾ ਕਿ ਤੁਹਾਡੇ ਫਾਦਰ ਸਾਹਿਬ ਵੀ ਲਾਈਨ ਤੇ ਨੇ ਉਹ ਕਹਿੰਦੇ ਤੁਸੀਂ ਕੰਸੈਂਟ ਨਹੀਂ ਲਈਦਾ ਉਹ ਕੁਝ ਉਹ ਤਾਂ ਵਿਆਹ ਕਰਾ ਕੇ ਮੁਕਰੀ ਜਾਂਦੇ ਨੇ ਜੀ ਇਹੋ ਜਿਹਾ ਤੇ ਸਭ ਕੁਝ ਕਰੀ ਜਾਂਦੇ ਫਿਰ ਉਹ ਮੁੱਕਣ ਦੀ ਗੱਲ ਨਹੀਂ ਮੇਰੇ ਕਹਿੰਦੇ ਭਾਵ ਹੈ ਕਿ ਉਹਨੂੰ ਸਾਫ਼ ਸਪਸ਼ਟ ਹੋਣ ਦੇ ਸਾਫ਼ ਸਪਸ਼ਟ ਮੈਂ ਦੋ ਵਾਰੀ ਪਹਿਲਾਂ ਦੱਸ ਚੁੱਕਿਆ ਮੈਂ ਤੀਜੀ ਵਾਰੀ ਵੀ ਕਹਿ ਦਿੰਦਾ ਜੀ ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਤੁਸੀਂ ਜਸਪ੍ਰੀਤ ਬੋਲਦੇ ਉਹਨਾਂ ਨੇ ਕਨਫਰਮ ਕੀਤਾ ਉਹਨਾਂ ਦੇ ਫਾਦਰ ਸਾਹਿਬ ਪਤੀ ਦਾ ਨਾਂ ਕਨਫਰਮ ਕੀਤਾ ਤੇ ਤੁਹਾਡੇ ਬਾਰੇ ਦੱਸਿਆ ਕਿ ਤੁਹਾਡੇ ਨਾਲ ਗੱਲ ਕਰਨੀ ਨਹੀਂ ਨਹੀਂ ਤੁਸੀਂ ਦੱਸਿਆ ਕਿ ਅਸੀਂ ਰੇਡੀਓ ਤੋਂ ਬੋਲ ਰਹੇ ਤੁਹਾਡੇ ਰੇਡੀਓ ਤੋਂ ਗੱਲ ਕਰ ਰਹੇ ਹਾਂ ਜੀ ਆਨ ਏਅਰ ਉਹਨਾਂ ਨੂੰ ਮੈਂ ਕਿਹਾ ਕਿ ਆਨ ਏਅਰ ਤਾਂ ਆਪ ਜੀ ਨਾਲ ਗੱਲ ਕਰਨ ਲੱਗੇ ਹਾਂ ਅਸੀਂ ਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਆਨ ਏਅਰ ਲਾਈਵ ਪ੍ਰੋਗਰਾਮ ਦੇ ਵਿੱਚ ਹਾਂਜੀ ਬਿਲਕੁਲ ਦੱਸਿਆ ਉਹਨੂੰ ਪਰ ਉਹ ਕਹਿੰਦੇ ਕੰਸੈਂਟ ਨਹੀਂ ਲਈ ਉਹ ਆਪਣੇ ਫਾਦਰ ਸਾਹਿਬ ਪਤੀ ਤੋਂ ਵੀ ਝੂਠੇ ਪਏ ਨੇ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਕਿ ਆਨ ਏਅਰ ਆ ਕੇ ਕਿਉਂ ਬਦਲ ਗਏ ਨੇ ਉਹ ਸੋ ਸਭ ਮੇਕ ਸ਼ੋਰ ਕਿ ਜਿਹੜੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਅਸੀਂ ਦੱਸੀਏ ਕਿ ਅਸੀਂ ਕੰਸੈਂਟ ਤੋਂ ਬਗੈਰ ਨਹੀਂ ਗੱਲ ਕਰਦੇ ਤਾਂ ਇਹ ਜੇ ਸਾਡੇ ਨਾਲ ਰੂਡ ਹੋ ਸਕਦੀ ਲੜਕੀ ਤਾਂ ਹੋਰ ਕਿਵੇਂ ਰੂਡ ਹੁੰਦੀ ਹੋਵੇ ਐਨੀਵੇ ਆਸਫ ਜੀ ਅਸੀਂ ਤੁਹਾਡੀ ਕਾਨੂੰਨ ਦੇ ਮੁਤਾਬਕ ਜਿੰਨੀ ਵੀ ਮਦਦ ਕਰ ਸਕਦੇ ਹੋ ਜ਼ਰੂਰ ਕਰਾਂਗੇ ਔਰ ਤੁਸੀਂ ਇਹ ਕਹਿਣ ਨੂੰ ਤਿਆਰ ਹੋ ਤੁਹਾਡੇ ਨਾਲ ਧੋਖਾ ਕੀਤਾ ਹੈ ਕਹਿਣਾ ਚਾਹੂੰਗਾ ਜੀ ਕੁੜੀ ਦਾ ਸਾਰਾ ਪਿੰਡ ਸਾਰੇ ਪਿੰਡ ਨੂੰ ਪਤਾ ਜੀ ਵੀ ਕਿਹੜਾ ਸਹੀ ਕਿਹੜਾ ਗਲਤ ਹੈ ਪੰਚਾਇਤ ਨੂੰ ਵੀ ਪਤਾ ਜੀ ਪੰਚਾਇਤ ਆਪਣੇ ਹੱਕ ਵਿੱਚ ਹੈ ਜੀ ਸਾਰੀ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਜੀ ਵੀ ਇਹਨਾਂ ਦੀ ਪੀ ਆਰ ਰੋਕੀ ਜਾਵੇ ਤੇ ਇਹਨਾਂ ਤੇ ਇੱਧਰ ਮੁਕੱਦਮਾ ਚਲਾਇਆ ਜਾਵੇ ਸਰ ਕੇਸ ਕੀਤਾ ਜਾਵੇ ਜੀ ਪੀ ਆਰ ਰੁਕਣ ਦਾ ਜਿਹੜਾ ਮਾਮਲਾ ਹੈ ਇਹ ਤੁਸੀਂ ਆਪਣੇ ਵਕੀਲ ਜਿਹੜਾ ਤੁਹਾਡਾ ਕੀਤਾ ਹੋਇਆ ਕੰਸਲਟੈਂਟ ਜਿਹੜਾ ਆ ਕੰਸਲਟੈਂਟ ਨਹੀਂ ਕੋਈ ਵਕੀਲ ਇੱਥੇ ਪੰਜਾਬ ਤੋਂ ਕਰੋ ਔਰ ਤੁਸੀਂ ਇੱਕ ਫਾਰਮ ਜਿਹੜਾ ਆ ਤੁਸੀਂ ਕੰਸੈਂਟ ਦਿਓ ਕਿਸੇ ਵਕੀਲ ਨੂੰ ਤਾਂ ਉਹ ਤੁਹਾਡੇ ਕੋਲ ਫਾਈਲ ਹੋਵੇਗੀ ਤੁਹਾਡੀ ਵਾਈਫ ਦਾ ਪਾਸਪੋਰਟ ਫੋਟੋ ਕਾਪੀ ਹੋਵੇਗੀ ਤੁਸੀਂ ਇੱਥੋਂ ਦੀ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਨੂੰ ਤੁਸੀਂ ਇਨਫੋਰਮ ਕਰੋ ਕਿ ਮੇਰੇ ਨਾਲ ਧੋਖਾ ਹੋਇਆ ਆ ਠੀਕ ਹੈ ਜੀ ਔਰ ਤੁਸੀਂ ਜਿਹੜੀ ਆਪਣੀ ਕੰਪਲੇਂਟ ਹੈ ਤੁਸੀਂ ਆਪਣੀ ਕੰਪਲੇਂਟ ਜਿਹੜਾ ਪੁਲਿਸ ਅਫਸਰ ਤੇ ਉਹਦੀ ਰਿਕਾਰਡਿੰਗ ਭੇਜੀ ਸਾਨੂੰ ਹਾਂਜੀ ਸਰ ਮੇਰੀ ਇੱਧਰ ਸੁਖਬੀਰ ਨਾਲ ਗੱਲ ਹੋ ਲਈ ਜੀ ਮੈਂ ਉਹਨਾਂ ਨੂੰ ਦੱਸ ਚੁੱਕਿਆ ਸਾਰਾ ਕੁਝ ਸਰ ਸਭ ਗੱਲ ਕਰੋ ਪਲੀਜ਼ ਤੁਸੀਂ ਧਿਆਨ ਦਿਓ ਥੋੜ੍ਹੀ ਜਿਹਾ ਕੀ ਕਹਿ ਰਹੇ ਨੇ ਇਹ ਕਹਿ ਰਹੇ ਨੇ ਮੇਰੇ ਫਾਦਰ ਸਾਹਿਬ ਦੇ ਵਿੱਚ ਮੋਬਾਈਲ ਦੇ ਵਿੱਚ ਨੰਬਰ ਹੈ ਤੇ ਮੈਂ ਬਾਹਰ ਹਾਂ ਜੀ ਇਸ ਲਈ ਮੈਂ ਤੁਹਾਨੂੰ ਭੇਜ ਨਹੀਂ ਸਕਦਾ ਹਜੇ ਮੈਂ ਘਰ ਜਾ ਕੇ ਸਰ ਉਹ ਵਟਸਐਪ ਕਰ ਦੂੰਗਾ ਜੀ ਮੈਂ ਇਸ ਟਾਈਮ ਗੱਡੀ 'ਚ ਬੈਠਾ ਸਰ ਮੈਂ ਪੰਚਕੂਲੇ ਹੀ ਨਹੀਂ ਸਾਨੂੰ ਤੁਸੀਂ 10 ਮਿੰਟਾਂ ਵਿੱਚ ਕਿਉਂਕਿ ਅਸੀਂ ਸਟੋਰੀ ਨੂੰ ਕਵਰ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਜ ਹੀ ਜਿਹੜੀ ਟੈਲੀਕਾਸਟ ਕਰ ਸਕੀਏ ਤੁਹਾਡੇ ਪਾਸ ਰਿਕਾਰਡਿੰਗ ਹੈ ਜਾਂ ਸਿਰਫ ਗੱਲਾਂ ਹੀ ਨੇ ਸਰ ਰਿਕਾਰਡਿੰਗ ਪਈ ਹੈ ਜੀ ਮੇਰੇ ਕੋਲ ਉਹ ਕਿੱਥੇ ਰਿਕਾਰਡਿੰਗ ਇਸ ਵੇਲੇ ਉਹ ਸਰ ਫਾਦਰ ਦੇ ਫੋਨ 'ਚ ਪਈ ਹੈ ਜੀ ਘਰਾਂ ਘਰ ਨੇ ਫਾਦਰ ਸਾਹਿਬ ਇਸ ਟਾਈਮ ਓਕੇ ਸੋ ਤੁਹਾਡੇ ਫਾਦਰ ਸਾਹਿਬ ਸਾਨੂੰ ਭੇਜ ਸਕਦੇ ਨੇ 5 ਮਿੰਟਾਂ 'ਚ ਸਰ ਉਹ ਪੁੱਛਣਾ ਪੈਣਾ ਜੀ ਹੁਣ ਡੈਡੀ ਵਾਲੇ ਫੋਨ 'ਚੋਂ ਡੈਡੀ ਨੂੰ ਵਟਸਐਪ ਨਹੀਂ ਚਲਾਉਣਾ ਆਉਂਦਾ ਨਹੀਂ ਤੁਸੀਂ ਕਿੱਥੇ ਹੋ ਇਸ ਵੇਲੇ ਸਰ ਮੈਂ ਇਸ ਟਾਈਮ ਸ਼ੂਟਿੰਗ 'ਤੇ ਆ ਜੀ ਪੰਚਕੂਲੇ ਨਹੀਂ ਤੁਹਾਡੇ ਫਾਦਰ ਉਹਨਾਂ ਨੂੰ ਹਾਲੇ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਹੈ ਜਿਹੜਾ ਕਿ ਉਹ ਆਵਾਜ਼ ਤੁਹਾਡੇ ਫਾਦਰ ਦੇ ਤੁਹਾਡਾ ਫੋਨ ਤੁਹਾਡਾ ਆਪਣਾ ਹੈ ਤੇ ਫਾਦਰ ਦੀ ਰਿਕਾਰਡਿੰਗ ਕਿਵੇਂ ਕੀਤੀ ਤੁਸੀਂ ਨਹੀਂ ਸਰ ਉਸ ਟਾਈਮ ਆਪਣੇ ਫਾਦਰ ਦਾ ਫੋਨ ਤਾਂ ਜੀ ਮੇਰੇ ਕੋਲ ਮੈਂ ਉਹ ਰੱਖਿਆ ਹੋਇਆ ਸੀ ਕੋਲ ਜਦੋਂ ਬੋਲ ਰਹੇ ਸੀ ਤੇ ਮੈਂ ਉਹ ਰਿਕਾਰਡ ਕਰ ਲਈ ਸੀ ਗੱਲ ਡੈਡੀ ਦੇ ਫੋਨ 'ਚ ਜੀ
ਨਹੀਂ ਨਹੀਂ ਤੁਸੀਂ WhatsApp ਤੋਂ ਰਿਕਾਰਡ ਕੀਤੀਆਂ ਜਾਂ ਟੈਲੀਫੋਨ ਲਾਈਨ ਤੋਂ ਕੀਤੀਆਂ ਨਹੀਂ ਮਤਲਬ ਬੈਠੇ ਸੀਗੇ ਉੱਥੇ ਸਰ ਉੱਥੇ ਕਿੱਥੇ ਆਫਿਸ ਚ ਪੁਲਿਸ ਵਾਲੇ ਦੇ ਪੁਲਿਸ ਵਾਲੇ ਦੇ ਆਫਿਸ ਵਿੱਚ ਬੈਠੇ ਸੀਗੇ ਹਾਂਜੀ ਸਰ ਉੱਥੇ ਖੜੇ ਸੀਗੇ ਤੇ ਅਸੀਂ ਫੋਨ ਰਿਕਾਰਡਿੰਗ ਤੇ ਰੱਖਿਆ ਹੋਇਆ ਸੀ ਰਿਕਾਰਡਿੰਗ ਤੇ ਰੱਖਿਆ ਸੀ ਤੇ ਉਹ ਬੋਲ ਰਹੇ ਸੀ ਅਸੀਂ ਰਿਕਾਰਡ ਕਰ ਲਈ ਸੀ ਗੱਲ ਸਰ ਉਹਨਾਂ ਦੀ ਜਿਹੜਾ ਅਫਸਰ ਅਰਵਿੰਦਰ ਹੈ ਇਹ ਕਿਹੜੀ ਜਗ੍ਹਾ ਦਫ਼ਤਰ ਇਹਨਾਂ ਦਾ ਸੱਤ ਫੇਸ ਮੋਹਾਲੀ ਹੈ ਜੀ ਸੋ ਜਿਹੜੇ ਇਹ ਅਰਵਿੰਦਰ ਸਿੰਘ ਨੇ ਕੀ ਇਹਨਾਂ ਦਾ ਰੈਂਕ ਕੀ ਹੈ ਇਹ ਸਬ ਇੰਸਪੈਕਟਰ ਨੇ ਇੰਸਪੈਕਟਰ ਨੇ ਜਾਂ ਏ ਐਸ ਆਈ ਨੇ ਸਬ ਇੰਸਪੈਕਟਰ ਹੈ ਨਾਮ ਕੀ ਅਰਵਿੰਦਰ ਕੁਮਾਰ ਜਾਂ ਅਰਵਿੰਦਰ ਸਿੰਘ ਹੈ ਅਰਵਿੰਦਰ ਸਿੰਘ ਹੈ ਜੀ ਅਰਵਿੰਦਰ ਸਿੰਘ ਆ ਤੇ ਤੁਸੀਂ ਕੀ ਕਿਹਾ ਸੀ ਤਾਂ ਉਹਨਾਂ ਨੂੰ ਕੀ ਕਹਿ ਮੋਰੇ ਹੋ ਉਹਨਾਂ ਨੇ ਕਿਹਾ ਜੀ ਮੈਨੂੰ ਵੀ ਪਰਚਾ ਤੇਰਾ ਹੋ ਜਾਊਗਾ ਵੀ ਤੇਰਾ 1.5 ਤੇ 2 ਲੱਖ ਰੁਪਇਆ ਲੱਗੂਗਾ ਇਹ ਉਹਨਾਂ ਨੇ ਆਪ ਕਿਹਾ ਹਾਂਜੀ ਆਪ ਕਿਹਾ ਜੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਕਿੰਨੇ ਵਜੇ ਦੀ ਗੱਲ ਹੈ ਹੋਰ ਕੌਣ ਸੀ ਦਫ਼ਤਰ ਦੇ ਵਿੱਚ ਮੇਰੇ ਪੰਚਾਇਤ ਦੇ ਮੈਂਬਰ ਬੈਠੇ ਤੇ ਜੀ ਕਿੰਨੇ ਮੈਂਬਰ ਸੀਗੇ ਹੈਗੇ ਤੇ 1, 2, 3, 4 ਤੇ ਜੀ ਅਸੀਂ ਚਾਰ ਬੰਦੇ ਬੈਠੇ ਜੀ 5 ਤੇ ਜੀ ਪੰਜ ਬੰਦੇ ਬੈਠੇ ਹੁਣ ਦਫ਼ਤਰ ਦੇ ਵਿੱਚ ਤਾਂ ਇੱਕ ਪੁਲਿਸ ਵਾਲਾ ਦਫ਼ਤਰ ਦੇ ਵਿੱਚ ਚਾਰ ਬੰਦੇ ਉਸੇ ਕਮਰ ਵਿੱਚ ਸੀਗੇ ਤੁਸੀਂ ਟੋਟਲ ਪੰਜਵਾਂ ਅਫਸਰ ਸੀਗਾ ਕੋਈ ਹੋਰ ਵੀ ਪੁਲਿਸ ਵਾਲਾ ਸੀ ਮੁਲਾਜ਼ਮ ਜਾਂ ਇਕੱਲਾ ਇਹ ਸਰਵਿੰਦਰ ਸਿੰਘ ਸੀਗੀ ਇਕੱਲਾ ਹੀ ਤਾਂ ਜੀ ਇਹਨਾਂ ਨੇ ਸਰ ਉੱਥੇ ਦਲਾਲ ਰੱਖੇ ਹੋਏ ਆ ਜੀ ਹਾਂਜੀ ਮਤਲਬ ਜਿਕੜਾ ਕਹਿ ਦਿੰਦੇ ਜੀ ਆਪਾਂ ਦਲਾਲ ਨਹੀਂ ਰੱਖੇ ਹੁੰਦੇ ਕਮਿਸ਼ਨ ਆਪਾਂ ਹਾਂ ਹਾਂਜੀ ਉਹ ਦਲਾਲ ਰੱਖਿਆ ਹੋਇਆ ਤਾਂ ਜੀ ਸਾਡੇ ਕੋਲ ਪਹਿਲਾਂ ਉਹ ਆਇਆ ਚੱਲ ਕੇ ਉਹ ਕਿੱਥੇ ਆਇਆ ਚੱਲ ਕੇ ਉਹ ਸਾਡੇ ਕੋਲ ਆਇਆ ਜੀ ਉਹ ਕਹਿੰਦਾ ਵੀ ਐਫ ਆਈ ਆਰ ਤੇਰੀ ਐਕਣਾ ਨਹੀਂ ਹੋਣੀ ਵੀ ਜਿਵੇਂ ਤੂੰ ਫਿਰਦਾ ਹੈ ਵੀ ਮੈਂ ਵੀ ਪਹਿਲਾਂ ਇਹ ਭਟਕਦਾ ਸੀਗਾ ਵੀ ਮੈਂ ਵੀ 1.5 ਲੱਖ ਰੁਪਇਆ ਦੇ ਕੇ ਐਫ ਆਈ ਆਰ ਕਰਾਈ ਆ ਵੀ ਤੇਰਾ 1.5 ਲੱਖ ਰੁਪਇਆ ਲੱਗੂਗਾ ਐਫ ਆਈ ਆਰ ਹੋਣ ਚ ਮੈਂ ਕਿਹਾ ਵੀ ਮੈਂ ਕਿਉਂ ਦਵਾਂ 1.5 ਲੱਖ ਰੁਪਇਆ ਕਹਿੰਦਾ ਇਹ ਹੁਣ ਹੀ ਨਹੀਂ ਹੈਗੀ ਇਹਨਾਂ ਨੇ ਭੇਜਿਆ ਸੀਗਾ ਸਾਡੇ ਕੋਲ ਮੈਂ ਕਿਹਾ ਐਂ ਕਰ ਫਿਰ ਇਹਨਾਂ ਨੂੰ ਨਹੀਂ ਨਹੀਂ ਸਾਡੇ ਕੋਲ ਕਿੱਥੇ ਭੇਜਿਆ ਤੁਸੀਂ ਬਾਹਰ ਬੈਠੇ ਸੀਗੇ ਲੌਂਜ ਵਿੱਚ ਵੇਟਿੰਗ ਰੂਮ ਵਿੱਚ ਅਸੀਂ ਜੀ ਪਹਿਲਾਂ ਵੇਟਿੰਗ ਰੂਮ ਚ ਬੈਠੇ ਤੇ ਫਿਰ ਅਸੀਂ ਮਤਲਬ ਉਹ ਹਾਲ ਜੇ ਜਾ ਕੇ ਖੜ ਗਏ ਫਿਰ ਉਹ ਸਾਡੇ ਕੋਲ ਆਇਆ ਮੈਂ ਕਿਹਾ ਐਂ ਕਰ ਵੀ ਜਿਹਨੇ ਤੈਨੂੰ ਕਿਹਾ ਏ ਉਹਨੂੰ ਸਾਡੇ ਕੋਲ ਭੇਜ 2 ਲੱਖ ਰੁਪਇਆ ਹਾਂ ਫਿਰ ਉਹ ਸਾਡੇ ਕੋਲ ਆਇਆ ਜੀ ਫਿਰ ਅਸੀਂ ਪੰਚਾਇਤ ਮੈਂਬਰਾਂ ਨੂੰ ਕਿਹਾ ਵੀ ਚੁੱਪ ਰਹੋ ਵੀ ਗੱਲਾਂ ਬਾਤਾਂ ਕਰੀ ਜਾਓ ਜਿੱਕਣਾ ਕਰਨਗੇ ਇੰਸਪੈਕਟਰ ਸਾਹਿਬ ਤੇ ਫਿਰ ਮੈਂ ਫੋਨ ਰਿਕਾਰਡਿੰਗ ਤੇ ਰੱਖਿਆ ਹੋਇਆ ਤਾਂ ਜੀ ਨਹੀਂ ਨਹੀਂ ਇੰਸਪੈਕਟਰ ਸਾਹਿਬ ਦਫ਼ਤਰ ਚੋਂ ਉੱਠ ਕੇ ਤੁਹਾਡੇ ਬਾਹਰ ਬਰਾਂਡੇ ਚ ਆਇਆ ਹਾਂਜੀ ਤੁਹਾਨੂੰ ਪਤਾ ਕਿ ਉਹ ਇੰਸਪੈਕਟਰ ਸੀਗਾ ਹਾਂਜੀ ਹਾਂਜੀ ਸਰ ਮੇਰੇ ਕੋਲ ਐਨ ਬਿਲਕੁਲ ਸਮੇਤ ਪ੍ਰੂਫ ਪਈ ਹੈ ਜੀ ਰਿਕਾਰਡਿੰਗ ਸਰਿਆਮ ਕਹਿ ਰਹੇ ਆ ਜੀ ਨਹੀਂ ਨਹੀਂ ਰਿਕਾਰਡਿੰਗ ਜਿਹੜੀ ਹੈ ਵੀਡੀਓ ਨਾਲ ਹੈ ਜਾਂ ਆਡੀਓ ਨਾਲ ਹੈ ਆਡੀਓ ਨਾਲ ਹੈ ਸਰ ਆਡੀਓ ਨਾਲ ਆ ਕਿ ਉਹ ਇਹ ਇੰਸਪੈਕਟਰ ਦੀ ਆਵਾਜ਼ ਆ ਸਬ ਇੰਸਪੈਕਟਰ ਦੀ ਆਵਾਜ਼ ਆ ਤੇ ਸਬ ਇੰਸਪੈਕਟਰ ਦੀ ਡਰੈਸ ਪਾਈ ਹੋਈ ਸੀ ਹਾਂਜੀ ਹਾਂਜੀ ਪਾਈ ਹੋਈ ਸੀ ਸਰ ਉਹਨੇ ਬਾਹਰ ਆਣ ਕੇ ਕਿਹਾ 5-6 ਬੰਦਿਆਂ ਵਿੱਚ ਹਾਂਜੀ 5-6 ਬੰਦੇ ਵਿੱਚ ਬਾਹਰ ਆਣ ਕੇ ਕਿਹਨੂੰ ਕਿਹਾ ਤੈਨੂੰ ਕਿਹਾ ਤੇਰੇ ਡੈਡੀ ਨੂੰ ਕਿਹਾ ਜਾਂ ਕਿਸੇ ਹੋਰ ਮੈਂਬਰ ਨੂੰ ਕਿਹਾ ਸਾਰੇ ਹੀ ਪੰਚਾਇਤ ਮੈਂਬਰ ਬੈਠੇ ਤੇ ਸਾਰੇ ਸਾਹਮਣੇ ਕਿਹਾ ਕਹਿੰਦੇ ਵੀ ਆਪਣਾ ਪਰਚਾ ਤੇਰਾ ਹੋ ਜਾਊਗਾ ਵੀ 1.5 ਲੱਖ ਰੁਪਇਆ ਲੱਗੂਗਾ ਇਹ ਮੈਂ ਜੋ ਤੁਸੀਂ ਕਹਿ ਰਹੇ ਬਿਲਕੁਲ ਮੈਂ ਯਕੀਨ ਨਹੀਂ ਕਰ ਰਿਹਾ ਤੁਹਾਡੇ ਤੇ ਕਿਵੇਂ ਇੱਕ ਪੁਲਿਸ ਅਫਸਰ ਜਿਹੜਾ ਸਬ ਇੰਸਪੈਕਟਰ ਹੈ 5-6 ਬੰਦਿਆਂ ਵਿੱਚ ਆਣ ਕੇ ਬਾਹਰ ਕਹਿ ਦੂ 1.5 ਲੱਖ ਰੁਪਏ ਦੇ ਦੀ ਤੇ ਮੈਂ ਪਰਚਾ ਕਰ ਦੂੰਗਾ ਇਹਦੀ ਤੁਸੀਂ ਝੂਠੀ ਸਟੇਟਮੈਂਟ ਦੇ ਰਹੇ ਹੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜੇਲ੍ਹ ਚਲ ਜਾਓ ਨਹੀਂ ਨਹੀਂ ਸਰ ਮੇਰੇ ਕੋਲ ਆਡੀਓ ਪਈ ਹੈ ਜੀ ਜੇ ਮੇਰੇ ਕੋਲ ਮੈਂ ਝੂਠੀ ਸਟੇਟਮੈਂਟ ਦੇਣੀ ਹੁੰਦੀ ਫਿਰ ਮੈਂ ਬੋਲਦਾ ਹੀ ਨਾ ਸਰ ਇਦਾਂ 8 ਮਹੀਨੇ ਹੋ ਗਏ ਜੀ ਤੁਸੀਂ ਆਪ ਸੋਚੋ ਸਰ ਇੱਕ ਕੇਸ ਕਰਨੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਨਹੀਂ ਤੁਸੀਂ ਕਿਸੇ ਵੀ ਹਾਲਤ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਮੈਂਬਰ ਹੈ ਨਹੀਂ ਜਿਹੜਾ ਸਾਨੂੰ ਰਿਕਾਰਡਿੰਗ ਭੇਜ ਸਕਦਾ ਹੋਵੇ ਸਰ ਮੈਂ ਤੁਹਾਨੂੰ ਘਰਾਂ ਜਾ ਕੇ ਵਟਸਐਪ ਕਰ ਦੂੰਗਾ ਜੀ ਬੇਫਿਕਰ ਰਹੋ ਨਹੀਂ ਨਹੀਂ ਅਸੀਂ ਇਸ ਵੇਲੇ ਟੈਲੀਵਿਜ਼ਨ ਚਲਾ ਰਹੇ ਹਾਂ ਮੈਂ ਤੇਰੇ ਮੁਤਾਬਕ ਪ੍ਰੋਗਰਾਮ ਨਹੀਂ ਰਨ ਕਰਨਾ ਮੈਂ ਆਪਣੇ ਮੁਤਾਬਕ ਕਰਨਾ ਮੇਰੇ ਕੋਲ ਸਮਾਂ ਹੈ ਉਹਦੇ ਮੁਤਾਬਕ ਮੈਂ ਰਨ ਕਰਨਾ ਚਾਹੁੰਦਾ ਹਾਂ ਤੁਸੀਂ 5-10-15 ਮਿੰਟ ਜਾ ਸਕਦੇ ਹੋ ਨਹੀਂ ਸਰ ਮੈਂ ਇਸ ਟਾਈਮ ਜਦੋਂ ਸ਼ੂਟਿੰਗ ਖਤਮ ਹੋਊ ਪੰਗਾ ਤੇ ਜੀ ਜਦ ਜਾ ਸਕੂੰਗਾ ਹੁਣ ਸ਼ੂਟਿੰਗ ਨਾਈਟ ਚੱਲ ਰਹੀ ਹੈ ਜੀ ਉਰੇ ਸ਼ੂਟਿੰਗ ਦੇ 2 ਘੰਟੇ ਬਾਅਦ ਬੰਦ ਹੋਣੀ ਹੈ 4 ਘੰਟੇ ਬਾਅਦ ਮੈਂ 4 ਘੰਟੇ ਲਈ ਥੋੜ੍ਹੇ ਦੇਰ ਤੋਂ ਇੰਤਜ਼ਾਰ ਕਰਨੀ ਆ ਆਹੀ ਹੈ ਸਰ ਮੈਂ ਮਤਲਬ ਫ੍ਰੀ ਹੋ ਕੇ ਜਾ ਹੋਊਗਾ ਕਿਉਂਕਿ ਇੱਕ ਤਾਂ ਮੇਨ ਹੈ ਉਰੇ ਸਿੰਗਰ ਨਾਲ ਗੱਡੀ ਲੱਗੀ ਹੋਈ ਹੈ ਜੀ ਐਨੀਵੇ ਸੋ ਤੁਹਾਡਾ ਹਾਲ ਤੇ ਪਰਚਾ ਦਰਜ ਨਹੀਂ ਹੋਇਆ ਪੁਲਿਸ ਦੇ ਕੋਲ ਹਾਂਜੀ ਸਰ ਹੋਇਆ ਨਹੀਂ ਜੀ 9 ਮਹੀਨੇ ਹੋ ਗਏ 17 ਜੁਲਾਈ 2022 ਦੀ ਦਰਖਾਸਤ ਦਿੱਤੀ ਹੋਈ ਹੈ 2022 ਦੀ 17 ਜੁਲਾਈ ਦੀ ਹਾਂਜੀ ਹਾਂ ਮਤਲਬ ਕਿ ਆਲਮੋਸਟ ਕੋਈ 8-9-10 ਮਹੀਨੇ ਹੋ ਚੱਲੇ ਨੇ 8 ਮਹੀਨੇ ਹੋ ਚੱਲੇ ਨੇ 9 ਹੋ ਚੱਲੇ ਵਟਐਵਰ 9 ਹੋ ਚੱਲੇ ਜੀ 9 ਮਹੀਨੇ ਹੋ ਚੱਲੇ ਨੇ ਤਾਂ ਇਹ ਫਾਈਲ ਰਵਿੰਦਰ ਦੇ ਕੋਲ ਹੀ ਆ
हां जी सर आईओ सीगा वो मेरा ਤੁਹਾਡੇ ਕੋਲ ਨਰਵਿੰਦਰ ਸਿੰਘ ਦਾ ਨੰਬਰ ਹੈ ਨੰਬਰ ਸਰ ਡੈਡੀ ਦੇ ਫੋਨ 'ਚ ਹੈ ਜੀ ਉਹਦਾ ਤੁਹਾਡੇ ਕੋਲ ਨੰਬਰ ਵੀ ਹੈ ਨਹੀਂਗਾ ਨਹੀਂ ਸਰ ਡੈਡੀ ਦੇ ਫੋਨ 'ਚ ਹੈ ਜੀ ਮੇਰਾ ਫੋਨ ਟੁੱਟ ਗਿਆ ਤਾਂ ਜੀ ਮੈਂ ਹੁਣ ਫੋਨ ਬਦਲਿਆ ਨਾ ਜੀ ਮੇਰਾ ਐਕਸੀਡੈਂਟ ਜਿਹਾ ਹੋ ਗਿਆ ਤਾਂ ਨਹੀਂ ਜਦੋਂ ਤੇਰਾ ਫੋਨ ਹੀ ਇੱਕ ਮਿੰਟ ਹੈ ਨਹੀਂਗਾ ਫੋਨ ਹੀ ਜੂਸ ਉਹ ਕੀਤਾ ਤੁਸੀਂ ਕਹਿ ਰਹੇ ਆ ਦੂਜਾ ਫੋਨ ਟੁੱਟ ਗਿਆ ਹੈ ਦੂਜਾ ਫੋਨ ਜੇ ਟੁੱਟ ਗਿਆ ਤਾਂ ਤੁਹਾਡੇ ਕੋਲ ਚਿੱਪ ਤਾਂ ਸੇਮ ਹੁੰਦੀ ਹੈ ਉਹਦੇ ਵਿੱਚ ਤੁਸੀਂ ਸਾਰਾ ਨੰਬਰ ਲੋਡ ਕਰ ਲੈਂਦੇ ਆ ਤੇ ਇਹ ਨੰਬਰ ਫਿਰ ਲੋਡ ਕਿੱਦਾਂ ਨਹੀਂ ਹੋਇਆ ਤੁਹਾਡੇ ਇਸ ਫੋਨ 'ਚ ਸਰ ਮੇਰੇ ਕੋਲ ਪਹਿਲਾਂ ਐਪਲ ਦਾ ਫੋਨ ਸੀਗਾ ਜੀ ਐਪਲ 6 ਲਿਆ ਸੀਗਾ ਜੀ ਮੈਂ ਉਹਦੇ ਵਿੱਚ ਫਿਰ ਇਹ ਪੰਗਾ ਹੁੰਦਾ ਜੀ ਆਈ ਕਲਾਉਡ ਵਿੱਚ ਨੰਬਰ ਰਹਿ ਜਾਂਦੇ ਆ ਜੀ ਸਾਰੇ ਹੁਣ ਮੇਰੇ ਕੋਲ ਵੀਵੋ ਦਾ ਫੋਨ ਹੈ ਜੀ ਫਿਰ ਹੁਣ ਜਿਹੜੇ ਸਿਮ 'ਚ ਤੇ ਨੰਬਰ ਉਹ ਤਾਂ ਮੇਰੇ ਆ ਗਏ ਜੀ ਉਹ ਫਿਰ ਆਈ ਕਲਾਉਡ ਆਈਡੀ 'ਚ ਰਹਿ ਗਏ ਨੰਬਰ ਸਾਰੇ ਤੁਸੀਂ ਸਾਡੇ ਨਾਲ ਵਾਅਦਾ ਕਰਦੇ ਹੋ ਰਿਕਾਰਡਿੰਗ ਜਿਹੜੀ ਸਾਨੂੰ ਤੁਸੀਂ ਅੱਜ ਰਾਤ ਦੇ 2 ਵਜੇ ਤੱਕ 3 ਵਜਣ 4 ਵਜਣ ਭੇਜੋਗੇ ਭੇਜ ਦੂੰਗਾ ਜੀ ਸਰ ਬੇਫਿਕਰ ਹੋ ਜੀ ਸਰ ਫੋਟੋ ਭੇਜੋਗੇ ਉਸ ਅਫਸਰ ਦੀ ਹਾਂਜੀ ਮੈਂ ਘਰਾਂ ਜਾ ਕੇ ਜੀ ਜਦੋਂ ਵੀ ਮੈਥੋਂ ਸ਼ੂਟ ਤੋਂ ਮਤਲਬ ਵਿਹਲਾ ਹੋ ਗਿਆ ਜੀ ਮੈਂ ਘਰਾਂ ਜਾ ਕੇ ਫੋਟੋ ਸਾਰਾ ਕੁਝ ਭੇਜ ਦੂੰਗਾ ਜੀ ਤੁਹਾਨੂੰ ਲਾਈਨ ਹੋਲਡ ਰੱਖੋ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ ਕਿ ਤੁਹਾਡੇ ਮੁਤਾਬਕ ਮੈਨੂੰ ਨਹੀਂ ਯਕੀਨ ਆ ਰਿਹਾ ਕਿ ਇੱਕ ਸਬ ਇੰਸਪੈਕਟਰ 4-5 ਬੰਦਿਆਂ ਦੇ ਵਿੱਚ ਆਣ ਕੇ ਬਾਹਰ ਅਕੈਡਮਿਕ ਤੁਸੀਂ 1.5-2 ਲੱਖ ਰੁਪਏ ਦੇ ਮੈਂ ਪਰਚਾ ਕਰੂੰਗਾ ਤੁਸੀਂ ਯਕੀਨ ਕਰਦੇ ਹੋ ਪਰ ਮੈਂ ਨਹੀਂ ਕਰ ਰਿਹਾ ਗਿਵ ਮੀ ਕਾਲ ਤੁਸੀਂ ਕਹਿਣਾ ਚਾਹੁੰਦੇ ਹੋਲਡ ਰੱਖੋ ਲਾਈਨ ਨੂੰ ਪਰ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਔਰ ਪੰਜਾਬ ਦੇ ਡੀਜੀਪੀ ਬਿਜ਼ਨਸ ਦੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਬਣਦੀ ਕਾਰਵਾਈ ਜ਼ਰੂਰ ਕਰਨਗੇ ਅਤੇ ਕੁਝ ਸਮਾਂ ਨਹੀਂ ਲਾਉਣਗੇ ਅਤੇ ਗ੍ਰਹਿ ਮੰਤਰਾਲੇ ਦਾ ਵਿਭਾਗ ਵੀ ਭਗਵੰਤ ਮਾਨ ਜੀ ਦੇ ਕੋਲ ਹੈ ਤਾਂ ਉਹਨਾਂ ਨੇ ਤਾਂ ਹੈਲਪਲਾਈਨ ਖੋਲ੍ਹੀ ਹੋਈ ਆ ਪਬਲਿਕ ਵਾਸਤੇ ਜੇ ਕੋਈ ਰਿਸ਼ਵਤ ਮੰਗਦਾ ਸਾਨੂੰ ਕਾਲ ਕਰੋ ਤਾਂ ਇਹ ਕਦੋਂ ਦੀ ਰਿਕਾਰਡਿੰਗ ਤੁਹਾਡੇ ਕੋਲ ਹੈ ਇਹ ਸਰ ਹੋ ਗਿਆ ਜੀ ਆਪਣੇ 3 ਮਹੀਨੇ ਦੀ ਰਿਕਾਰਡਿੰਗ ਹੈ ਜੀ 3 ਮਹੀਨੇ ਦੀ ਰਿਕਾਰਡਿੰਗ ਤੁਸੀਂ ਕਿਉਂ ਸਾਂਭ ਕੇ ਰੱਖੀ ਹੋਈ ਹੈ ਤੁਹਾਨੂੰ ਇੰਨਾ ਟਾਈਮ ਕਿਉਂ ਲਾਉਣਾ ਪੈ ਗਿਆ ਰੁਕਣ ਲਈ ਜੇ ਤੁਹਾਡੇ ਪਰਚਾ ਨਹੀਂ ਹੋਇਆ ਤੁਸੀਂ ਇੰਨਾ ਸਮਾਂ ਕਿਉਂ ਰੁਕੀ ਹੋਈ ਰਿਕਾਰਡਿੰਗ ਮੈਂ ਜੀ ਜਦੋਂ ਜਾਂਦਾ ਸੀ ਐਨ ਆਰ ਆਈ ਵਿੰਗ ਚੋਂ ਮੈਨੂੰ ਐਂ ਕਹਿ ਦਿੰਦੇ ਸੀਗੇ ਵੀ ਬਸ ਫਾਈਲ ਸਾਈਨ ਹੋਣੇ ਵਾਲੀ ਹੈ ਸਾਈਨ ਹੋਣੇ ਵਾਲੀ ਹੈ ਮੈਂ ਕਿਹਾ ਜੀ ਦੱਸ ਤਾਂ ਦਿਓ ਵੀ ਕਿੱਥੇ ਪਈ ਹੈ ਮੇਰੀ ਫਾਈਲ ਕਿਹੜੇ ਅਫਸਰ ਕੋਲ ਇਸ ਟਾਈਮ ਆ ਉਹ ਕਹਿੰਦੇ ਵੀ ਅਸੀਂ ਇਹ ਨਹੀਂ ਦੱਸ ਸਕਦੇ ਵੀ ਤੇਰੀ ਸਾਈਨ ਹੋ ਜਾਣੀ ਫਾਈਲ ਬਸ ਆਉਣੇ ਵਾਲੀ ਹੈ ਬਸ ਐਂ ਬਹਾਨੇ 'ਚ ਰੱਖੀ ਜੀ ਕਿਹਨੇ ਰੱਖਿਆ ਇਹ ਰਵਿੰਦਰ ਜੀ ਕਹਿੰਦੇ ਸੀ ਪਿੱਛੇ ਹਾਂਜੀ ਓਕੇ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ ਕਿ ਸੱਚ ਝੂਠ ਹੋਲਡ ਰੱਖੋ ਲਾਈਨ ਪਲੀਜ਼ ਸਟੈਂਡ ਬਾਈ